स्वर्ग दी रखिए आस, तू मेरा राखा सबनी बिकर सिंह छड़ा
ਫੂਲੇ ਤੋਂ ਤੇਰਾ ਵੱਲੋਂ ਸਾਡੀ ਪਾਰਟੀ ਨੂੰ ਮਾਣ ਆਇਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇਰੇ ਸ਼ੁਕਰਗੁਜ਼ਾਰ ਹਾਂ ਜੀ ਬਾਕੀ ਹੋਰ ਸੰਗਤ ਵੱਲੋਂ ਵੀ ਬਹੁਤ ਸਾਰਾ ਮਾਣ ਆਇਆ ਅਸੀਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇਰੇ ਵੱਲੋਂ ਸ਼ੁਕਰਗੁਜ਼ਾਰ ਹਾਂ ਜੀ ਲਓ ਜੀ ਹੁਣ ਤੁਹਾਡੇ ਸਾਹਮਣੇ ਸਾਡੇ ਕਲਾਕਾਰ ਸੁਖੀ ਵਿਰਕ ਜੀ ਸੋ ਸਾਰਿਆਂ ਨੂੰ ਪਹਿਲਾਂ ਇੱਕ ਧਾਰਮਿਕ ਗੀਤ ਰੱਬ ਦਾ ਪਿਆਰ ਉਸ ਤੋਂ ਬਾਅਦ ਤੁਹਾਡਾ ਸਭ ਦਾ ਪਿਆਰ ਲਓ ਤੁਹਾਡੇ ਸਾਹਮਣੇ ਹੁਣ ਸਾਡੇ ਕਲਾਕਾਰ ਸੁਖੀ ਵਿਰਕ ਜੀ ਜੋ ਕਿ ਇੱਕ ਸੱਭਿਆਚਾਰਕ ਗੀਤ ਲੈ ਕੇ ਤੁਹਾਡੇ ਰੂਬਰੂ ਹਾਂਜੀ हेलो सब तो पहला सारे सत श्रीकाल हेलो हेलो हां जी गीत पेश कर जा रही हूं तेनो नवी जी मशीन दी बधाई बे आला पीला दूध सणी तू मड़ाई बे पादू सी ने ठल माईया रोटी शक्कर के ओदे नाल आऊ तू खेता वल चल माईया हेलो हां जी साडे भाई सरदार तरसेम सिंह मेंबर साहब उन्होंने वालों साड़ी पार्टी को 50 रुपये स्पेशल माण आया असी मैंबर साहब का बहुत बहुत धन्यवाद करते हैं शुक्रगुजार ਜਾਊਗੀ ਲੱਡੂ ਇੱਕੀਆਂ ਰੱਤੀਆਂ ਦੀ ਚੜਾਉਂਗੀ ਤੇਰੀ ਮੰਗੂਗੀ ਮੈਂ ਸਿੰਗਰੀ ਦੀ ਸੁੱਖ ਦੇ
ਸਰਾਲੀ ਤੂੰ ਖਿਆਲ ਦੇ ਸੁੱਖੀ ਕੁੜੀਆਂ ਤੇ ਚੱਲੂ ਤੇ ਨਾਲ ਰੱਖੀ ਆਖਰੀ ਸਰਾਲੀ ਤੂੰ ਖਿਆਲ ਦੇ ਸੁੱਖੀ ਕੁੜੀਆਂ ਤੇ ਚੱਲੂ ਤੇ ਨਾਲ ਵੇ ਸੱਤ ਤੋੜੀਆਂ ਦਾ ਪੈਡ ਲੈਣਾ ਦੇ ਸੱਤ ਤੋੜੀਆਂ ਦਾ ਪੈਡ ਲੈਣਾ ਦੇ ਨਿਆਰੀ ਗੱਲ ਕਰਦੇ ਮਾਈਆਂ ਆਖਰੀ ਸਰਾਲ ਤੂੰ ਖਿਆਲ ਦੇ ਸੁੱਖੀ ਪੌੜੀਆਂ ਤੇ ਚੱਲੂ ਤੇਰੇ ਨਾਲ हाँ जी साढ़े बहुत ही मान योग सत्कार जो सरदार मलकीत सिंह जी दूजी साहब झंडा वाले को जिन्हें वालों साड़ी पार्टी 100 रुपया मान आया असि मलकीत सिंह जी का बहुत बहुत धन्यवाद करते हैं तेनों शुक्रगुजार हाँ जी सो बड़ी मेहरबानी होर सारी संगत वालों भी 10-10, 20-20 50-100 रुपया मान आया असी सारी संगत का बहुत बहुत धन्यवाद करते हैं तेनों शुक्रगुजार हाँ जी लो जी हुण तुहाडे सामने जिस काम के नाम के नाल सानू जाणिया जांदा भी कनौर वाले नकली लो तुहाडे सामने नकल दी आइटम पेश करन लगे जरा गौर फरमायो ए भाई साहब आगे जी आगे आ जाओ महाराज आ जाओ हाँ जी हेलो 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 हाँ जी काका जी दसो भी की गल गल ये है भाई साहब आज तुसी 10-11 जाने इकट्ठे होके आए हो भी तुसी कौन लोग हो असि काका ਤੁਹਾਨੂੰ ਪਹਿਲਾਂ ਵੀ ਦੱਸਦੇ ਆ ਜੀ ਹੁਣ ਵੀ ਦੱਸਣ ਲੱਗੇ ਆ ਹਾਂ ਜੀ ਹਾਂ ਲੋਕ ਸਾਨੂੰ ਨਕਲੀਏ ਕਹਿੰਦੇ ਆ ਨਕਲੀਏ ਲੋਕ ਤੁਹਾਨੂੰ ਨਕਲੀਏ ਕਹਿੰਦੇ ਆ ਭਾਈ ਸਾਹਿਬ ਮੈਂ ਅਸਲ ਸੁਣੀ ਵੀ ਆ ਅਸਲ ਦੇਖੀ ਵੀ ਆ ਆ ਨਕਲ ਤੁਸੀਂ ਕਹਿੰਦੇ ਨਕਲੀਏ ਨਕਲ ਕੀ ਚੀਜ਼ ਆ ਅੱਜ ਕੱਲ ਦੇ ਬੱਚਿਆਂ ਨੂੰ ਨਹੀਂ ਪਤਾ ਕਾਕਾ ਅਸਲ ਤਾਂ ਹੈ ਹੀ ਹੈ ਹਾਂਜੀ ਜਿਹੜੀ ਨਕਲ ਆ ਇਹ ਅਸਲ ਤੋਂ ਫੇਰ ਨਕਲ ਬਣ ਕਿਵੇਂ ਜੀ ਦੇਖੋ ਆਪਣੇ ਕਚਹਿਰੀਆਂ ਦੇ ਵਿੱਚ ਚਲਿਆ ਜਾ ਲਿਆ ਨਕਲ ਸਹੀ ਗੱਲ ਕਿਸੇ ਬੱਚੇ ਨੂੰ ਸਕੂਲ ਚ ਦਾਖਲ ਕਰਾਉਣ ਚਲਿਆ ਜਾ ਲਿਆ ਨਕਲ ਹਾਂਜੀ ਹਾਂਜੀ ਹਸਪਤਾਲ ਚ ਚਲਿਆ ਜਾ ਲਿਆ ਨਕਲ ਥਾਣੇ ਦਰਬਾਰੀ ਚਲਿਆ ਜਾ ਲਿਆ ਨਕਲ ਲਿਆ ਨਕਲ ਆ ਨਕਲ ਕੱਢ ਨਕਲ ਪਾ ਨਕਲ ਮਸਲਾ ਸਾਰਾ ਨਕਲ ਦਾ ਹੀ ਆ ਨਕਲ ਦਾ ਹੀ ਆ ਪਹਿਲਾਂ ਚੀਜ਼ ਬਣੀਆ ਅਸਲੀ ਫੇਰ ਬਣੀਆ ਉਹਦੀ ਨਕਲ ਅਸੀਂ ਹਰ ਕੰਮ ਦੀ ਜਿਸ ਤਰ੍ਹਾਂ ਕੋਈ ਕਿੱਸੇ ਕਹਾਣੀਆਂ ਨੇ ਜੀ ਉਹਨਾਂ ਦੀ ਨਕਲ ਕਰਕੇ ਦਿਖਾਉਂਦੇ ਆ ਤਾਂ ਸਾਨੂੰ ਲੋਕ ਨਕਲੀਏ ਕਹਿੰਦੇ ਪਰ ਅੱਜ ਕੱਲ ਦੇ ਪੌਜ ਨੂੰ ਨਹੀਂ ਪਤਾ ਵੀ ਨਕਲ ਕੀ ਚੀਜ਼ ਹੁੰਦੀ ਆ ਪੜ੍ਹੇ ਲਿਖੇ ਬੈਠੇ ਆ ਸਾਡੇ ਬੱਚੇ ਸਾਡੇ ਵੀਰ ਠੀਕ ਆ ਉਹਨਾਂ ਨੂੰ ਨਹੀਂ ਪਤਾ ਨਕਲ ਕੀ ਹੁੰਦੀ ਹੈ ਨਕਲ ਹੁੰਦੀ ਹੈ ਜਿਹਨੂੰ ਅੱਜ ਕੱਲ ਦੇ ਟਾਈਮ ਦੇ ਵਿੱਚ ਆਪਾਂ ਕਹਿੰਦਾ ਬੱਚੇ ਫੋਟੋ ਸਟੇਟ ਅੱਜ ਦੇ ਟਾਈਮ ਦੇ ਵਿੱਚ ਉਹ ਫੋਟੋ ਸਟੇਟ ਆ ਪਹਿਲਾਂ ਵਾਲੇ ਯੁੱਗ ਦੇ ਵਿੱਚ ਉਹ ਨਕਲ ਹੁੰਦੀ ਸੀ ਫਰਕ ਨਹੀਂ ਹੈ ਬਸ ਹਾਂ ਜੀ ਭਾਈ ਸਾਹਿਬ ਤੁਸੀਂ ਕੌਣ ਲੋਕ ਹੋ ਅੱਜ ਕੱਲ ਦੇ ਜ਼ਮਾਨੇ ਦੇ ਫੋਟੋ ਸਟੇਟ ਵਾਹ ਜੀ ਵਾਹ ਹਾਂ ਜੀ ਹਾਂ ਤੁਸੀਂ ਨਕਲੀ ਹੋਣੇ ਹੋ ਭਾਈ ਸਾਹਿਬ ਹਾਂ ਜੀ ਹਾਂ ਭਾਈ ਸਾਹਿਬ ਜੇ ਤੁਸੀਂ ਕਨੌਰ ਵਾਲੇ ਨਕਲੀ ਹੋ ਪਹਿਲੇ ਨੰਬਰ ਤੇ ਮੈਨੂੰ ਇਹ ਦੱਸੋ
ਬੇਨਕਲ ਕਿਹੜੀ ਚੀਜ਼ ਨੂੰ ਕਿਹਾ ਜਾਂਦਾ ਨਕਲ ਕਿਹਨੂੰ ਕਹਿੰਦੇ ਆ ਦੱਸੋ ਨਕਲ ਉਸ ਚੀਜ਼ ਨੂੰ ਕਹਿੰਦੇ ਆ ਜਿਹੜੀ ਚੀਜ਼ ਬਣ ਕੇ ਫੁੱਟ ਜਾਂਦੀ ਆ ਜਿਹੜੀ ਚੀਜ਼ ਖਤਮ ਹੋ ਜਾਂਦੀ ਆ ਉਸ ਨੂੰ ਨਕਲ ਕਹਿੰਦੇ ਆ ਅਸਰ ਹੈ ਜੋ ਪਰਮਾਤਮਾ ਦੀ ਵਾਹਿਗੁਰੂ ਦੀ ਅਕਾਲ ਪੁਰਖ ਦੀ ਜ਼ਾਤ ਆ ਜਿਹਨੇ ਸਦਾ ਵਾਸਤੇ ਕਾਇਮ ਰਹਿਣਾ ਅਸੀਂ ਇਕੱਲੇ ਨਕਲੀਏ ਨਹੀਂ ਇਹ ਸਾਰੀ ਦੁਨੀਆ ਹੀ ਨਕਲ ਜਿਹਨੇ ਹੋ ਕੇ ਮਿਟ ਜਾਣਾ ਅਸਲ ਹੈ ਜੋ ਉਸ ਪਰਮਾਤਮਾ ਦੀ ਵਾਹਿਗੁਰੂ ਦੀ ਅਕਾਲ ਪੁਰਖ ਦੀ ਜ਼ਾਤ ਆ ਜਿਹਨੇ ਸਦਾ ਵਾਸਤੇ ਕਾਇਮ ਰਹਿਣਾ ਕਾਕਾ ਹਾਂਜੀ ਮੈਨੂੰ ਇੱਕ ਭਰਮ ਪੈ ਗਿਆ ਤੁਹਾਨੂੰ ਇੱਕ ਭਰਮ ਪੈ ਗਿਆ ਮੈਂ ਵੱਡੇ ਵੱਡੇ ਵਿਦਵਾਨਾਂ ਨੂੰ ਮਿਲਿਆ ਬੜੇ ਬੜੇ ਪੜ੍ਹੇ ਲਿਖੇ ਨੂੰ ਮਿਲਿਆ ਮੇਰਾ ਮਸਲਾ ਹੱਲ ਨਹੀਂ ਹੋਇਆ ਫੇਰ ਪਤਾ ਲੱਗਿਆ ਜੇ ਕੋਈ ਨਕਲੀਏ ਮਿਲਣਗੇ ਉਹ ਜਵਾਬ ਦੇਣਗੇ ਨਹੀਂ ਕੋਈ ਦੇ ਨਹੀਂ ਭਾਈ ਸਾਹਿਬ ਸਾਨੂੰ ਦੇਖੋ ਗੁਰੂਆਂ ਪੀਰਾਂ ਦੀ ਥਾਪਨਾ ਕਿਹੜਾ ਤੁਹਾਡਾ ਮਸਲਾ ਜਿਹੜਾ ਕਿਸੇ ਤੋਂ ਹੱਲ ਨਹੀਂ ਹੋਇਆ ਸ਼ਾਇਦ ਅਸੀਂ ਹੱਲ ਕਰ ਦਈਏ ਮੈਂ ਤੇਤੋਂ ਕਾਕਾ ਇਹ ਪੁੱਛਣਾ ਵੀ ਇਸ ਦੁਨੀਆ ਦੇ ਉੱਪਰ ਰੋਸ਼ਨੀ ਕਿਸ ਚੀਜ਼ ਦੀ ਵੀ ਇਸ ਦੁਨੀਆ ਦੇ ਉੱਪਰ ਰੋਸ਼ਨੀ ਕਿਸ ਚੀਜ਼ ਦੀ ਹੈ ਬੱਚੇ ਵਾਸਤੇ ਵੀ ਸਿਆਣੇ ਵਾਸਤੇ ਵੀ ਗੱਭਰੂ ਵਾਸਤੇ ਵੀ ਨਿਆਣੇ ਵਾਸਤੇ ਵੀ ਇਸ ਦੁਨੀਆ ਦੇ ਉੱਪਰ ਰੋਸ਼ਨੀ ਕਿਸ ਚੀਜ਼ ਦੀ ਆ ਭਰਾਵਾ ਇਹ ਤਾਂ ਸਾਰੇ ਲੋਕਾਂ ਨੂੰ ਪਤਾ ਵੀ ਰੋਸ਼ਨੀ ਕਿਸ ਚੀਜ਼ ਦੀ ਆ ਵੇਦਾਂ ਅਨੁਸਾਰ ਰੋਸ਼ਨੀਆਂ ਦਿਨ ਨੂੰ ਆ ਰਹੀ ਸੂਰਜ ਮਹਾਰਾਜ ਦੀ ਰਾਤ ਨੂੰ ਚੰਦਰਮਾ ਮਹਾਰਾਜ ਦੀ ਇਹ ਵੇਦਾਂ ਅਨੁਸਾਰ ਰੋਸ਼ਨੀ ਆ ਇਹ ਵੇਦਾਂ ਅਨੁਸਾਰ ਠੀਕ ਆ ਮੈਂ ਮੰਨਦਾ ਵੀ ਹੈਗੀ ਆ ਦਿਨ ਨੂੰ ਸੂਰਜ ਮਹਾਰਾਜ ਦੀ ਹੈ ਰਾਤ ਨੂੰ ਚੰਦਰਮਾ ਦੀ ਜੀ ਪਰ ਇੱਕ ਗੱਲ ਹੋਰ ਆ ਕਿਹੜੀ ਆ ਪਿੱਛੇ ਜੇ ਦੇਖ ਲਾ ਜਦੋਂ ਆਪਾਂ ਮੋਹਛੇ ਤੇ ਆਏ ਤੇ ਇੱਥੇ ਆਪਣੇ ਢੇਲਵਾਂ ਢੇਲਵਾਂ ਆਏ ਸੀ ਦੇਖ ਲਾ ਉਦੋਂ ਚਾਰ ਪੰਜ ਦਿਨ ਸੂਰਜ ਦਿਖਿਆ ਹੀ ਨਹੀਂ ਉਦੋਂ ਰੋਸ਼ਨੀ ਕਿੱਥੇ ਗਈ ਸੀ ਇਹਦੀ ਨਹੀਂ ਉਹ ਫਿਰ ਬਾਰਿਸ਼ ਪਹਿਲੇ ਦਿਨ ਹੀ ਘੰਟਾ ਕੇ ਲੱਗਿਆ ਸੀ ਜੀ ਦੂਜੇ ਦਿਨ ਤਾਂ ਫਿਰ ਰੋਸ਼ਨੀ ਹੋਣ ਲੱਗ ਗਈ ਸੀ ਕਹਿੰਦਾ ਭਰਾਵਾ ਵੇਦਾਂ ਅਨੁਸਾਰ ਰੋਸ਼ਨੀ ਆ ਇਹ ਕਾਕਾ ਜੇ ਵਦਲ ਵਾਈ ਹੋ ਜਵੇ ਤਾਂ ਸੂਰਜ ਨੂੰ ਉਵੇਂ ਨਹੀਂ ਦੇਖਣ ਦਿੰਦੀ ਇਹ ਰੋਸ਼ਨੀ ਨਹੀਂ ਹੈ ਇਹ ਰੋਸ਼ਨੀ ਨਹੀਂ ਹੈ ਫਿਰ ਮੇਰੀ ਗੱਲ ਸੁਣ ਆ ਦੇਖੋ ਰੋਸ਼ਨੀ ਪਹਿਲਾਂ ਮੇਰੀ ਰਾਤ ਨੂੰ ਚੰਦਰਮਾ ਮਹਾਰਾਜ ਦੀ ਰੋਸ਼ਨੀ ਆ ਇਹ ਵੀ ਤੇਰੀ ਮੈਂ ਮੰਨ ਲੈਣਾ ਜਿੰਨਾ ਚਿਰ ਚੰਦ ਚੜਦਾ ਪਹਿਲੇ ਉਦੋਂ ਤਾਂ ਹੁੰਦੀ ਹੈ ਇਹਦੀ ਰੋਸ਼ਨੀ 15 ਦਿਨ ਚੜਦਾ ਇਹ ਪਿਛਲੇ ਪੱਖ ਉਦੋਂ ਇਹਦੀ ਰੋਸ਼ਨੀ ਕਿੱਧਰ ਚਲੀ ਜਾਂਦੀ ਆ ਲੋਕਾਂ ਦੇ ਚੋਰੀਆਂ ਹੋਈ ਜਾਂਦੀਆਂ ਨੇ ਵਾਹ ਬਈ ਵਾਹ ਵੀ ਰੋਸ਼ਨੀ ਗਲਤ ਕਰਤੀ ਇੱਕ ਗੱਲ ਇਹ ਸੰਤ ਕਿਰਤ ਦਾ ਸ਼ਲੋਕ ਹੈ ਕਿਹੜਾ ਜਿਹੜੀ ਮੌਤ ਵਾਲੀ ਰਾਤ ਅੱਜ ਦੀ ਅੱਜ ਚੰਦਰ ਸੂਰਜ ਦੋਏ ਅਸਮਾਨ ਤੇ ਨਹੀਂ ਉਹ ਕਿਵੇਂ ਕਿਹੜਾ ਸ਼ਲੋਕ ਹੈ ਉਹ ਕਿਹਾ ਕਿ ਸ਼ਸ਼ੀ ਮਾਵਸ ਕਿਤ ਰਹਿਤ ਤਿਬਰ ਕਿਤ ਹੋਤ ਛਰਦ ਦਰ ਕਹਿਣ ਕੇ ਚਰਨ ਛੇਕ ਕੇ ਛਰਨ ਪੈ ਦਾਤ ਕੌਣ ਮਗਨ ਕੀ ਦੇ ਕੌਣ ਛਿੰਕ ਕੇ ਭਰਾਤਾ ਕੌਣ ਮਗਨ ਕੇ ਪਿਤਾ ਕੌਣ ਚੋਲਾ ਕੀ ਮਾਤਾ ਕੈ ਵਾਰ ਅਵਸਥਾ ਜਗਤ ਹੀ ਕੈ ਵਾਰ ਸੀਤਾ ਰਖਾ ਇਹ ਸਹੀ ਗੱਲ ਹੈ ਇੱਕ ਰੋਸ਼ਨੀ ਫਿਰ ਹੋਰ ਆ ਸੁਣ ਲਾ ਕਿਹੜੀ ਆ ਸਾਡੀ ਪੰਜਾਬ ਗੌਰਮੈਂਟ ਨੇ ਰੋਸ਼ਨੀ ਕਰੀ ਆ ਬਿਜਲੀ ਦੀ ਆਹਾ ਬਿਜਲੀ ਦੀ ਰੋਸ਼ਨੀ 10 ਰੁਪਏ ਜੁਣਤਾ ਲਈ ਪਾਗਲਾ ਨਾ ਬੱਚਾ ਇੱਕ ਰੁਪਏ ਨੂੰ ਤਾਂ ਮੁਫਤ ਹੋ ਜੂ ਹਾਂ ਕੱਲ ਨੂੰ ਹੀ ਹੋ ਜਾਣੀ ਆ ਅੱਜ 12 ਵਜੇ ਤੋਂ ਬਾਅਦ ਹੀ ਹੋ ਜੂ ਅੱਛਾ ਲੈ ਮੇਰੀ ਗੱਲ ਸੁਣਾ ਦੇ ਸਾਡੀ ਪੰਜਾਬ ਸਰਕਾਰ ਨੇ ਰੋਸ਼ਨੀ ਕੀਤੀ ਆ ਘਰਾਂ ਦੇ ਵਿੱਚ ਰੋਸ਼ਨੀ ਖੇਤਾਂ ਦੇ ਵਿੱਚ ਰੋਸ਼ਨੀ ਗਲੀ ਮਹੱਲੇ ਦੇ ਵਿੱਚ ਰੋਸ਼ਨੀ ਬਾਣਾਂ ਦੇ ਵਿੱਚ ਰੋਸ਼ਨੀ ਸੜਕਾਂ ਤੇ ਰੋਸ਼ਨੀ ਇਹ ਕਾਕਾ ਜਿੰਨਾ ਚਿਰ ਹੈਗੀ ਆ ਓਨਾ ਚਿਰ ਤਾਂ ਇਹਦੀ ਹੁੰਦੀ ਆ ਰੋਸ਼ਨੀ ਅੱਛਾ ਆ 5-6 ਦਿਨਾਂ ਦੀ ਗੱਲ ਆ ਹਾਂਜੀ ਹਾਂ ਬੱਚਿਆਂ ਨੇ ਮੈਨੂੰ ਰੋਟੀ ਪਾ ਕੇ ਦਿੱਤੀ ਜੀ ਰਾਤ ਨੂੰ 8:30 ਵਜੇ ਕਹਿੰਦੇ ਲਓ ਰੋਟੀ ਖਾ ਲਓ ਰੋਟੀ ਧਰਤੀ
ਰੋਟੀ ਨੂੰ ਹੱਥੀ ਪਾਇਆ ਜਦੀ ਚਲੀ ਗਈ ਮੈਂ ਬੁਰਕੀ ਤੋੜਿਆ ਕਰਾਂ ਕੁਦਰਤੀ ਨੂੰ ਦੇ ਵਿੱਚ ਲੱਗ ਜਾ ਕਰੇ ਮੂੰਹ ਚ ਪਾ ਲਿਆ ਕਰਾਂ ਸੋਚਾਂ ਦੀ ਕਬੀਲਦਾਰੀ ਹੈ ਸ਼ਾਇਦ ਕੋਈ ਦਾਲ ਪਾਣੀ ਨਾ ਬਣਿਆ ਹੋਵੇ ਜਦ 15 ਕੁ ਮਿੰਟਾਂ ਬਾਅਦ ਆਈ ਸਾਰੀ ਦਾਲ ਬਚੀ ਪਈ ਸੀ ਇਹਦੀ ਗੱਲ ਤਾਂ ਰੋਸ਼ਨੀ ਇਹ ਕਾਹਦੀ ਰੋਸ਼ਨੀ ਹੈ ਲੈ ਨੀ ਫੇਰ ਮੀ ਬਾਜੇ ਟਾਈਮ ਬੰਦਾ ਤੁਰਿਆ ਜਾਂਦਾ ਉਧਰੋਂ ਚਲੀ ਜਾਵੇ ਥਮਲੇ ਚ ਮੱਥਾ ਪਟਕਾ ਲੈਂਦਾ ਸਹੀ ਗੱਲ ਹੈ ਇਹ ਵੀ ਰੋਸ਼ਨੀ ਗੱਲ ਤਾਂ ਲੈ ਫੇਰ ਮੇਰੀ ਗੱਲ ਸੁਣੀ ਕੋ ਰੋਸ਼ਨੀ ਹੋਰ ਆ ਯਾਰ ਕਿਹੜੀ ਮੀਂਹ ਪੈ ਦੀ ਰੋਸ਼ਨੀਆਂ ਕਿਸਾਨ ਵੀਰ ਬੈਠੇ ਆ ਦੇਖ ਬਾਰਸ ਪੈ ਦੀ ਵੀ ਰੋਸ਼ਨੀ ਰੋਸ਼ਨੀ ਹੈਗੀ ਨਾ ਹਾਂ ਜੇ ਪਵੇ ਲੋੜ ਅਨੁਸਾਰ ਕਿਵੇਂ ਪਵੇ ਬੱਤੀ ਬੱਤੀ ਤਾਂ ਤਾਂ ਹੁੰਦੀ ਆ ਰੋਸ਼ਨੀ ਅੱਛਾ ਆ ਇੱਕ ਸਨ 88 ਦੇ ਵਿੱਚ ਪਟਿਆਲੇ ਚ ਰੋਸ਼ਨੀ ਹੋਈ ਹੋਈ ਸੀ ਹੋਈ ਸੀ ਜਦੋਂ ਫਲੱਡ ਆਏ ਫਲੱਡ ਆਏ ਨੇ ਬਜ਼ੁਰਗਾਂ ਤੋਂ ਸੁਣਦੇ ਆ ਆ ਜਿਹੜੀ ਗੰਗਾ ਸੀ ਜਮਨਾ ਕਹਿ ਰਹੇ ਆ ਜਿਹਨੂੰ ਹਾਂਜੀ ਹਾਂਜੀ ਇਹ ਕਹਿ ਰਹੇ ਪਟਿਆਲੇ ਦੇ ਵਿੱਚ 12-12 ਫੁੱਟ ਪਾਣੀ ਸਹੀ ਗੱਲ ਹੈ ਨਦੀ ਚੜ੍ਹ ਕੇ ਆ ਗਈ ਸੀ ਹਾਂ ਜਿਹੜੇ ਤਾਂ ਬੰਦੇ ਤਰਨ ਜਾਣਦੇ ਸੀਗੇ ਹਾਂਜੀ ਪਾਣੀ ਚੋਂ ਤਰ ਤਰ ਕੇ ਕੋਈ ਚਮਾਰੇ ਤੇ ਜਾ ਕੇ ਬਹਿ ਗਿਆ ਜੀ ਕੋਈ 2 ਮੰਜ਼ਲੀ ਤੇ ਜਾ ਕੇ ਬਹਿ ਗਿਆ ਹਾਂਜੀ ਕੋਈ ਪੱਠੇ ਦੀਆਂ ਚਿਮਨੀਆਂ ਤੇ ਜਾ ਕੇ ਬਹਿ ਗਿਆ ਹਾਂਜੀ ਬਾਹਲੀ ਗੱਲ ਕੀ ਆ ਕਹਿੰਦੇ ਮੈਂ ਸਾਡੀ ਖਜੂਰਾਂ ਤੋਂ ਲਾਈਆਂ ਸੀ ਜਿਨ੍ਹਾਂ ਨੂੰ ਤਰਨਾ ਨਹੀਂ ਸੀ ਆਉਂਦਾ ਹਾਂਜੀ ਉਹ ਵਿਚਾਰੇ ਆਪਦਾ 5-10 ਮਿੰਟ ਮਾਰੇ ਹੱਥ ਪੈਰ ਹਾਂਜੀ ਆਖਰ ਨੂੰ ਰੱਬ ਨੂੰ ਪਿਆਰੇ ਕੁਛ ਜਦੋਂ ਪਾਣੀ ਉਤਰਿਆ ਮਿਊਂਸੀਪਲ ਕਮੇਟੀ ਵਾਲਿਆਂ ਨੇ ਸੀਵਰੇਜਾਂ ਦੇ ਢੱਕਣ ਚੱਕ ਚੱਕ ਵੀ ਪਾਣੀ ਲੰਘ ਜੂ ਨਾਲੇ ਤਾਂ ਪਾਣੀ ਲੰਘ ਜ ਗਿਆ ਜਿਹੜੇ ਵਿਚਾਰੇ ਪਤਲੇ ਪਤਲੇ ਤੇ ਉਹ ਵੀ ਸੀਵਰੇਜਾਂ ਦੇ ਵਿੱਚ ਦੀ ਲੰਘੇ ਜਿਹੜੇ ਮੇਰੇ ਵਰਗੇ ਮੁੰਡੇ ਤੇ ਅਗਲੋਂ ਬਾਂਸਾਂ ਨਾਲ ਥੁੰਨੇ ਮੈਂ ਕਰਾ ਲਾਂਗੇ ਸਰ ਇਹਨਾਂ ਬਾਂਸਾਂ ਨਾਲ ਥੁੰਨੇ ਨੇ ਇਹ ਵੀ ਰੋਸ਼ਨੀ ਗਲਤ ਆ ਨਹੀਂ ਮੈਂ ਨਹੀਂ ਗਲਤ ਕਰਦਾ ਪੁੱਛਦਾ ਬੰਦੇ ਬੈਠੇ ਨੇ ਜਦੋਂ ਕਿਸੇ ਗਰੀਬ ਦੇ ਚਾਹੇ ਅਮੀਰ ਦੇ ਪੁੱਤਰ ਜਨਮ ਲੈਂਦਾ ਤਾਂ ਦੱਸਦੇ ਆ ਕੇ ਕਹਿਣਾ ਉਹਦਾ ਇੱਕ ਗਿੱਠ ਜ਼ਮੀਨ ਤੋਂ ਪੈਰ ਉੱਪਰ ਇੰਨੀ ਖੁਸ਼ੀ ਹੋ ਜਾਂਦੀ ਪੁੱਤ ਜਨਮੇ ਦੇ ਕੁਲਾ ਕਰਨ ਦੀ ਰੀਤੀ ਵਾਲਾ ਉਹ ਕਿਵੇਂ ਪਿਓ ਦਾਦੇ ਦੀ ਪੈਰ ਚ ਪੈਰ ਰੱਖਣ ਵਾਲਾ ਉਹ ਤਾਂ ਕਰ ਦਿੰਦਾ ਰੋਸ਼ਨੀ ਅੱਜ ਕੱਲ ਮੁੰਡੇ ਵੀ 2 ਤਸੀਰਾਂ ਦੇ ਹੋਣ ਲੱਗ ਗਏ 2 ਤਸੀਰਾਂ ਦੇ ਕਿਹੜੇ ਕਿਹੜੇ ਇੱਕ ਤਾਂ ਠੰਡੀ ਤਸੀਰ ਦਾ ਇੱਕ ਤੱਤੀ ਤਸੀਰ ਦਾ ਠੰਡੀ ਤਸੀਰ ਦਾ ਕਿਹੜਾ ਬਈ ਬੱਚੇ ਨੇ ਹਜੇ 2 ਮਹੀਨਿਆਂ ਨੂੰ 4 ਮਹੀਨਿਆਂ ਨੂੰ ਜਨਮ ਲੈਣਾ ਤਾਂ ਉਹਦਾ ਘਰ ਦੇ ਵਿੱਚ ਭਾਗ ਮੁਕੱਦਰ ਪਹਿਲਾਂ ਹੀ ਆ ਜਾਂਦਾ ਉਹ ਕਿਵੇਂ ਆ ਜਾਂਦਾ ਵੀ ਭਾਗ ਮੁਕੱਦਰ ਪਹਿਲਾਂ ਹੀ ਕੋਈ ਜ਼ਮੀਨ ਖਰੀਦ ਲਈ ਕਿਸੇ ਭਾਈ ਦਾ ਉਹਦਾ ਵੱਧ ਗਿਆ ਕੋਈ ਕੋਠੀ ਬਣਾ ਲਈ ਕੋਈ ਗੱਡੀ ਲੈ ਲਈ ਉਹ ਸਮਝੋ ਵੀ ਮੁੰਡਾ ਠੰਡੀ ਤਸੀਰ ਦਾ ਪਿਓ ਦਾਦੇ ਦੀ ਪੈਰ ਚ ਪੈਰ ਰੱਖਣ ਵਾਲਾ ਜਿਹੜਾ ਗਰਮ ਤਸੀਰ ਦਾ ਉਹ ਪਤੰਦਰ ਚਾਹ ਨਾਲੋਂ ਵੀ ਚੱਕਣਾ ਉਹ ਕਿਹੜਾ ਵੀ ਉਹ ਸੁਣ ਲਾ ਬੱਚੇ ਨੇ ਹਜੇ ਜਨਮ ਹੀ ਲਿਆ ਅੱਛਾ ਦਾਈ ਘਰੋਂ ਵਿਦਾ ਨਹੀਂ ਹੋਈ ਹਾਂਜੀ ਗਵਾਂਢੀ ਨੇ ਕਿਸੇ ਨੇ ਵਧਾਈਆਂ ਨਹੀਂ ਕਹੀਆਂ ਲਾਗੀ ਨੇ ਕਿਸੇ ਨੇ ਦੁੱਬਣੀ ਟੰਗੀ ਐਂ ਪਤਾ ਲੱਗਦਾ ਕਹਿੰਦੇ ਸਾਰਾ ਟੱਬਰ ਥਾਣੇ ਮਾਂਜਿਆ ਪਿਆ ਓਏ ਜਿਹਨੂੰ ਤਾਂ ਹੱਥ ਬੰਨਦੇ ਕੋਈ ਨੀ ਭਾਈ ਵਿਹਲੇ ਟਾਈਮ ਦੇਖਾਂਗੇ ਸਹੀ ਆ ਵੀ ਸਹੀ ਆ ਲੈ ਇੱਕ ਗੱਲ ਹੋਰ ਸੁਣ ਲਾ ਫਿਰ ਇੱਕ ਰੋਸ਼ਨੀ ਹੋਰ ਆ ਵੀ ਕਿਹੜੀ ਓਏ ਕਰਨੀ ਕਰਤੂਤ ਦੀ ਰੋਸ਼ਨੀ ਆ ਚੰਗਾ ਕਾਰਜ ਕਰਦੇ ਉਹਦੀ ਵੀ ਰੋਸ਼ਨੀ ਆ ਆਲੇ ਦੁਆਲੇ ਨਗਰਾਂ ਦੇ ਵਿੱਚ ਨਾ ਹੋ ਜਾਂਦਾ ਹਾ ਬਈ ਫਲਾਣੇ ਸੜਕ ਕਾਰਜ ਬਹੁਤ ਅੱਛਾ ਕੀਤਾ ਇਹ ਵੀ ਰੋਸ਼ਨੀ ਆ ਇਹ ਵੀ ਰੋਸ਼ਨੀ ਆ ਇਹ ਆ ਕਾਕਾ ਪੱਲੇ ਦੀ ਰੋਸ਼ਨੀ ਕਿਵੇਂ ਜਿਹਦੇ ਕੋਲੇ ਹੁੰਦਾ ਉਹ ਤਾਂ ਕਰ ਦਿੰਦਾ ਰੋਸ਼ਨੀ ਅੱਛਾ ਇੱਕ ਮੇਰੇ ਵਰਗਾ ਗਰੀਬ ਦੇਖ ਕੇ ਸਰਦਾਰਾਂ ਦੇ ਕਾਰਜ ਉਹਨਾਂ ਦੀ ਪੈਰ ਚ ਪੈਰ ਰੱਖਣ ਲੱਗ ਜਾਂਦਾ ਉਵੇਂ ਪੈਰ ਚ ਬੁੱਕ ਕਰ ਲੈਂਦਾ ਉਵੇਂ ਖਲਵਾਈ ਬੁੱਕ ਕਰ ਲੈਂਦਾ ਉਹ ਵੀ ਔਰ ਕੇਸ ਵਾਲੇ ਬੁੱਕ ਕਰ ਲੈਂਦਾ ਬਾ ਫਿਰ ਉਹ ਦਿਨ
ਤਿੰਨ ਕੁ ਵਜੇ ਸਾਈਂ ਤਾਂ ਕਰਦਾ ਰੋਸ ਨੀ ਉਦੋਂ ਬਾਅਦ ਬਾਬੇ ਚਾਰ ਕੁ ਵਜੇ ਪੈਲਸ ਵਾਲੇ ਕਹਿੰਦੇ ਨੇ ਬਾਈ ਗੱਲ ਸੁਣੀ ਰੋਸ਼ਨੀ ਕਰ ਸੋਚਦਾ ਵਿੱਚ ਚੰਗੇ ਦਿਆਵਾਨ ਬੰਦੇ ਵੀ ਗਏ ਸਰਦਾਰ ਲੋਕ ਉਹਨੂੰ ਕਹਿੰਦਾ ਵੀ ਫਲਾਣਾ ਸਿਆ ਉਹਨੂੰ ਨੌਕਰ ਰੱਖਣਾ ਉਹ ਕਹਿੰਦਾ ਚੱਲ ਕੋਈ ਗੱਲ ਫਿਰ ਦੂਜੇ ਨੂੰ ਬੁਲਾਉਂਦਾ ਐ ਕਰ ਵੀ ਮੇਰੇ ਛੋਟੇ ਮੁੰਡੇ ਨੂੰ ਸਾਲ ਵਾਸਤੇ ਨੌਕਰ ਰੱਖ ਲਾ ਸੀਰੀ ਲੜਾ ਲਾ ਮੈਨੂੰ 30,000 ਰੁਪਇਆ ਦੇ ਉਹ ਵੀ ਦੇ ਦੂੰਗਾ ਫੇਰ ਬੁਲਾਉਂਦਾ ਇੱਕ ਨੂੰ ਕਹਿੰਦਾ ਐ ਕਰ ਵੀ ਸਰਦਾਰਾ ਬਾਹਲੇ ਥੱਕੇ ਪਏ ਆ ਸਾਲ ਮੈਂ ਵੀ ਤੇਰੇ ਲਾ ਦੂੰਗਾ ਮੈਨੂੰ ਦੇ ਦੇ 40,000 ਉਹ ਵੀ ਦੇ ਦਿੰਦਾ ਦੋ ਘੰਟੇ ਦਾ ਕਰ ਰਹਿੰਦਾ ਸਰਦਾਰ ਸਾਹਿਬ ਰੋਸ਼ਨੀ ਜਵਾਕਾਂ ਨੂੰ ਫੁੱਲੀਆਂ ਹੁੰਝਣ ਲਾ ਦਿੰਦਾ ਇਹ ਰੋਸ਼ਨੀ ਦਾ ਵੀ ਕਾਹਦੀ ਰੋਸ਼ਨੀ ਆ ਉਹਦਾ ਬੇਚਾਰੇ ਸਾਲ ਭਰ ਨੇੜੇ ਜੀ ਫਿਰਦੇ ਨੇ ਸਹੀ ਗੱਲ ਆ ਵੀ ਸਹੀ ਗੱਲ ਫਿਰ ਮੇਰੇ ਨੀ ਕੋਈ ਰੋਸ਼ਨੀ ਯਾਦ ਹੋਰ ਯਾਦ ਨੀ ਨਾ ਵੀ ਆ ਵੇਖੋ ਉਹ ਹੱਥ ਤੇ ਹੱਥ ਮਾਰੀ ਜਾਂਦਾ ਇਹ ਕਿਹੜੀ ਰੋਸ਼ਨੀਆਂ ਵੀ ਇਹ ਕਾਕਾ ਰੋਸ਼ਨੀਆਂ ਹੈ ਰੋਸ਼ਨੀ ਕਿਵੇਂ ਰੋਸ਼ਨੀਆਂ ਸੰਗਤ ਨੂੰ ਪਤਾ ਲੱਗੇ ਇਹ ਕਾਕਾ ਦੋ ਜੁੜਿਆਂ ਦੀ ਰੋਸ਼ਨੀਆਂ ਉਹ ਕਿਵੇਂ ਧਰਤੀ ਔਰ ਅਸਮਾਨ ਇਹ ਵੀ ਦੋ ਪਾਪ ਔਰ ਪੁੰਨ ਇਹ ਵੀ ਦੋ ਨੇਕੀ ਵਦੀ ਇਹ ਵੀ ਦੋ ਗਮੀ ਸ਼ਾਦੀ ਇਹ ਵੀ ਦੋ ਸ਼ਿਵਜੀ ਔਰ ਪਾਰਵਤੀ ਇਹ ਵੀ ਦੋ ਆਪਣਾ ਬੁੜਾ ਬੁੜੀ ਹੁਣ ਵੀ ਗਿਆ ਦੋ ਓ ਮੇਰੇ ਸਮਝ ਚ ਨੀ ਆਇਆ ਜਿਹੜਾ ਤੂੰ ਹੱਥ ਤੇ ਹੱਥ ਮਾਰੀ ਜਾਂਦਾ ਯਾਰ ਇਹ ਦੱਸਦਾ ਕਾਕਾ ਇਹ ਦੁਨੀਆਂ ਦੇ ਉੱਪਰ ਗਰੀਬ ਵਾਸਤੇ ਵੀ ਅਮੀਰ ਵਾਸਤੇ ਵੀ ਸਿਆਣੇ ਵਾਸਤੇ ਵੀ ਬਿਰਧ ਵਾਸਤੇ ਵੀ ਕਿਹੜੀ ਰੋਸ਼ਨੀਆਂ ਹੱਥ ਤੇ ਹੱਥ ਮਾਰਿਆ ਪਤਾ ਨੀ ਸਮਝ ਨੀ ਆਈ ਕੁਛ ਇਹ ਕਾਕਾ ਦੋ ਰੋਟੀਆਂ ਦੀ ਰੋਸ਼ਨੀ ਕਿਵੇਂ ਜੈਸੇ ਲਿਖਿਆ ਕਿ ਦੋ ਰੋਟੀਆਂ ਉੱਪਰ ਦਾਲ ਚਾਰੇ ਵੇਦ ਫੜਕਦੇ ਵਾਰ ਨਾ ਕੁਛ ਦੇਖਿਆ ਵੇਦ ਕਿਤਾਬੀ ਨਾ ਕੁਛ ਦੇਖਿਆ ਪੋਥੀ ਮੈਂ ਕਹਿਤ ਕਬੀਰ ਸੁਣੋ ਭਾਈ ਸਾਧੋ ਜੋ ਕੁਛ ਦੇਖਿਆ ਦੋ ਰੋਟੀ ਮੈਂ ਰੋਟੀ ਇਹਦੀ ਰੋਟੀ ਪੀਰੀ ਰੋਟੀ ਦੀਆਂ ਸਭ ਬਾਤਾਂ ਨੇ ਹੁੰਦੇ ਰੋਟੀ ਮੁੱਕਰ ਜਾਣ ਲੱਖ ਲਾਂਤ ਤੁਮ ਜਾਤਾਂ ਦੇ ਭੂਖ ਮੈਂ ਰਾਜ ਕਾ ਤੇਜ ਕਰ ਹੈ ਭੂਖ ਮੈਂ ਸਿੱਧ ਕੀ ਬੁੱਧ ਹਾਰੀ ਭੂਖ ਮੈਨੇ ਕਾਮ ਨੀ ਕਾਮ ਦਰ ਦੇਤ ਹੈ ਭੂਖ ਮੈਂ ਮੰਗਤ ਕੀ ਮਤ ਮਾਰੀ ਕਹੇ ਬਤਾਲੇ ਸੁਣ ਵਿਕਰਮਾ ਭੂਖ ਕਾ ਰੋਗ ਜਗਤ ਮੇਂ ਆ ਦੇਖ ਲਓ ਤੁਸੀਂ ਕੀ 11 ਵਜੇ ਕਾਕਾ ਗਰੀਬ ਵਾਸਤੇ ਵੀ ਅਮੀਰ ਵਾਸਤੇ ਵੀ ਚਾਹੇ ਕਰੋੜਪਤੀ ਆ ਚਾਹੇ ਰੋਡ ਤੇ ਬੈਠਾ ਸਿਰਫ ਦੋ ਰੋਟੀਆਂ ਦੀ ਸਹੀ ਗੱਲ ਆ ਲਓ ਜੀ ਅਸੀਂ ਤੁਹਾਡੇ ਸਾਹਮਣੇ ਸਾਡੀ ਪਾਰਟੀ ਵੱਲੋਂ ਇੱਕ ਨਕਲ ਦੀ ਆਈਟਮ ਤੁਹਾਡੇ ਰੂਬਰੂ ਜੋ ਕਿ ਸਾਡਾ ਪੰਜਾਬ ਦਾ ਕਲਚਰ ਸਾਡਾ ਵਿਰਸਾ ਜੋ ਨਕਲਾਂ ਦਾ ਅਸੀਂ ਸੰਭਾਲ ਕੇ ਰੱਖਿਆ ਇਹ ਸਾਡੀ ਪਾਰਟੀ ਵੱਲੋਂ ਇੱਕ ਨਕਲ ਲਓ ਜੀ ਹੁਣ ਤੁਹਾਡੇ ਸਾਹਮਣੇ ਇੱਕ ਮਾਣਕ ਸਾਹਿਬ ਦੀ ਗਾਈ ਕਲੀ ਪਟਕੇ ਦੀ ਤੁਹਾਡੇ ਰੂਬਰੂ ਜੋ ਕਿ ਜਿਹੜੇ ਮਾਣਕ ਸਾਹਿਬ ਨੇ ਉਹ ਕਲੀਆਂ ਦੇ ਬਾਦਸ਼ਾਹ ਕਹਾ ਗਿਆ ਜਿੰਨੀਆਂ ਪੰਜਾਬ ਦੀਆਂ ਲੋਕ ਅਕਾਦਮੀਆਂ ਨੇ ਉਹਨਾਂ ਦਾ ਨਾਂ ਲਿਖਿਆ ਹਾਂਜੀ ਸਰਦਾਰ ਸੁੰਦਰ ਸਿੰਘ ਜੀ ਕਨੇਡਾ ਵਾਲੇ ਉਹਨਾਂ ਵੱਲੋਂ ਸਾਡੀ ਪਾਰਟੀ ਨੂੰ 100 ਰੁਪਇਆ ਮਾਣ ਆਇਆ ਅਸੀਂ ਸਰਦਾਰ ਸਿੰਘ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂਜੀ ਖੱਤਰੀ ਜੀ ਹਾਂਜੀ ਸਾਰੀ ਸੰਗਤ ਵੱਲੋਂ ਬਹੁਤ ਸਾਰਾ ਮਾਣ ਆਇਆ ਬਹੁਤ ਸਾਰਾ ਪਿਆਰ ਆਇਆ ਅਸੀਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਜੀ ਬਾਕੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਆਵਾਜ਼ ਦੀ ਸਮਝ ਆ ਰਹੀ ਹੈ ਪ੍ਰੋਪਰ ਤੁਹਾਨੂੰ ਹੱਥ ਖੜੇ ਕਰਕੇ ਦੱਸਿਓ ਮਾੜਾ ਜੀ ਉਹ ਜਿਹੜੇ ਪਿੱਛੇ ਬੈਠੇ ਸਾਡੇ ਵੀ ਐਂ ਹੁਣ ਆਵਾਜ਼ ਦਾ ਥੋੜ੍ਹਾ ਬੈਲੈਂਸ ਆ
आवाज घटा लें तो वह बधा लें, क्योंकि समझ आनी चाहिए आप कोई भी गल करिए गल उ जी समझ आ। लो जी हम तुम सामने साढ़े कलाकार वालों एक चित्र भी है ना, एक गाना भी है ना, थोड़े रूम रूम सूफिया दसा। लो जी जैसे लिखे के बदल गए जमाने के रंग देखो, बदल गए जमाने के रंग देखो, खानदान शाही दाखल गोर हो गए, उच्चे हो गए जमाने के ठग, जेड़े जेड़े ठग सी हुण चोर हो गए, दुनिया वाले ना पाले बख तक दे, हुण तां रंग जमाने दे होर हो गए। आ लो हुण चित्रहार कहिंदे ने इहनू, नचना भी कह दिंदे आ। कई बंदे ये कहिंदे आ कि नचना बहुत माड़ा, पर इस दुनिया के उपर वे वे देवी देवते नचे। जैसे लिखा के बर्मा नचिया विष्णु नचिया नचिया थातर प्राण, बर्मा नचिया विष्णु नचिया नचिया थातर प्रारी, बिंद्रावन की कूंज गली ने नाचिया कृष्ण मुरारी, पात पात पर नाच किया जब रची सृष्टि सारी, नचण में कोई ऐब नहीं एक अकल दी होशियारी, पहलम झटके विष्णु नचिया उन्हें अमृत वंडिया आके, दूजे पसमा सुर मारिया था नाच मचाके, गौरा ने शिवजी मोरिया सी अपना नाच दिखा के, कलयुग दे विच नच दिया दुनिया सारी, नचण में कोई ऐब नहीं एक अकल दी होशियारी। बाबा बुले शाह भी नचे ने गे, मुसलमानों के बहुत बड़े फकीर हुए ने, उन्होंने अपने पीर नच के बनाया, उन्होंने गुरु कौन ते शाह अनायत ओ कौम दे राही सी, आप जिहड़ा बाबा बुले शाह सी सैयद कौम दे विचों सीगा, मुसलमानों के विच सैयद कौम उच्ची मनी मनी, आप फिरते ने तुरे बाबा बुले शाह जीनू पालते फिरते ने कि सानू कोई गुरु मिल जाए, बथेरे फिरले आप तो उच्चिया जातां तक फिरले नहीं मिले। शाह नायक जी की कम करते थे, वो खेती का कम करते थे, बैठे गठे बीज रहे ने, जाके गुआल सलाम की बाबा जी सलामाले कंबाल कहना जी मैनू कोई चंगा कामल गुरु नहीं मिले। वो कहना बेटा चलो कोई गल नहीं, भी यह जी कि गल कहना मैं गुरु बनाना चाहना पर मैं कोई चजदा नहीं मिले। आपने की किया गठिया की पनीरी चक्की उधरों पत्ती झाली, कहना बोलिया मन का की समझा, इधरों पटना इधर लो लो इन्ने दे चानन हो गया। तो कुछ समय बाद शाह नायत बाबे बुले शाह दे घरे आए, कीते गुरु सी दो दिन खिदमत तवज्जो की, जिस टाइम जान लगे ता बुला उठ के नाल खड़ा नहीं होया भी मैं अपने गुरु नू मर जा गेट तकर छड़िया। बाबे अच्छा नैत नू की गुस्सा आया, जाके अपने हजूम दे विच अपने गुरपाइयां दे विच जाके बुले नू चिट्ठी लिख दित्ती के बुलिया तेरे वास्ते मेरा दरबार बंद है, मेरे नाल जो चिट्ठी पढ़ी गुरु का सदमा पीर का सदमा नहीं बर्दाश्त हो, कहना भी हम जावा कि आपने की किया जाके एक बेसवा कंजरी को जाके गाना सीखा नचना सीखा, क्योंकि देखो आप जे अपना रंगा रंग प्रोग्राम कट हो गया आज देखो चार दिन वधिया रौनक मेला रहूगा रंग तमाशे जी, आप जाके बुले शाह बाबा बुले शाह दर से जाके नचन लग गया,
दस भी पंजा लोग कट्ठे होकर लगे देखिया भी मेरा गुरु भी आ गया। आपने मन जा कुंडा सरका लिया उन्हें देख लिया कहना है तो कहना भुला कहना नहीं भी भुला नहीं भुला मेरे तो भुल हो गई बठा बख्श दो। बुले ने भी अपने पीर नू अपने साई नचके लाया सीगा लो डर सी आइटम लेके आ रहे साडे कलाकार रब राजी रखे। बाकी सारे नगर नू सारी संगत नू यह बेनती आ भी असी कलाकार नहीं है कलाकार तो बहुत वड्डे वड्डे पए ने तुसी साडी पालना करदे हो तुसी बाबे नानक वांगू साडी पालना करदे असी मरदाने के रब राजी रखे। अच्छा तो तू मंग के जाना दमोदर बारे साहब बंदे साहब का दमोदर गुरु आरे कुंगुरु आरे कुंगुरु सुरताल च बजे नवा कोई भगत पैदा होया नवा कोई आशक पैदा होया नवा कोई सूरमा पैदा होया ये जड़िया कहानियां बंदियां नवे आशक नवे भगत नवे सूरमे
यार बैठो तुम जाके उठे जाओ नहीं बढ़िया लगता भी कोई गल नहीं बह जा आराम मिले पैसे बना रहे जय बना आज तेन नवा सुना पैसे बना रहे आदर एवी कला तू गाह मतलब नहीं करना प्रोग्राम ने शुरू भी किया पहले घेर के खड़ गया ये कोई गल है बह जा यार जाके उ बैठना जा उ बैठ चलो करी सुनो फिर लाओ गया आही लाओ कहते आही लाओ जब कहते ना बस चित्रा ला शराब दे दस राही मंगी ये गाता
गोरी कौन सवारे काली गनी चक्की दे मैं तदते गोरी कौन सवारे काली गनी चक्की दे गोरी कौन सवारे काली गनी चक्की दे चनर के लीडू जो जग पुलई मारी चनर के लीडू जो जग पुलई मारी बैठी सिंजड़ा दे विच ओ चरखे संग पौंदी ऐ बैठी सिंजड़ा दे विच ओ चरखे संग पौंदी ऐ देखे रंग जटी दा तौबा करन ललारी देखे रंग जटी दा तौबा करन ललारी खातर आया जो लैन नू किले तो मैं तेरे जट्टी खातर आया जो लैन नू किले तो जट्टी खातर आया जो लैन नू किले तो पादमुंदरा कन्नी सुई पेरी सुवारी पादमुंदरा कन्नी सुई पेरी सुवारी हीर रहना मेरी बिच हजारा दे उची हीर रहना मेरी बिच हजारा दे उची हीर रहना मेरी बिच हजारा दे ऐसी जूच कदी ऐसा तो प्यारी ऐसी जूच कदी ऐसा तो प्यारी जाके खेड़िया के पिंड दर्शन करिए हीर दे मैं सदके जाके खेड़िया के पिंड दर्शन करिए हीर दे जाके खेड़िया के पिंड दर्शन करिए हीर दे केसरी क्या वाला इश्क गुरी बमारी देवशरी क्या वाला इश्क गुरी बमारी नैन सुंदरी जटी दे हिजगे ने काटिया दे दारू पीना लो जी इस मान साहब की गायक लिए थोड़े रूबरू लो हूँ थोड़े सामने साड़ी कलाकार सुखी जी हेलो हेलो ला देंगे ला देंगे वो भी ला देंगे हेलो 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 हाँ जी एक ड्राइवर का गीत पेश कर जा रही है पूरी देश गयो परदेसी होयो बे तेरिया मुड़ी बतिना नू लो करके छट गया माइया बे मैं ता कख गलियां दी रोड़ बे मैं ता कख गलियां दी रोड़ तेनु कदरी नवे कदिरा तेनु कदरी नवे कदिरा सोना हुशने गमा बिच खुर गया तेनु कदरी नवे कदिरा सोना हुशने गमा बिच खुर गया कदे तू बंबे कदे गवांडी
मैं बिंदी रह गई वी मारी सल प्रगटी मैं तुर गया मैं बिंदी रह गई वी मारी सल प्रगटी मैं तुर गया मैं क्या स्टीयरिंग ते मैं क्या स्टीयरिंग ती मारी सीट खोल के थप्पी तेरी बिंद ना तैयार थप्पी थप्पी बंपी का दिल दबाती तेरी बिंद ना तैयार थप्पी Thank you.
ਲੱਗਦਾ ਸੋਚਾਂ ਵਿੱਚ ਦਿਨ ਸਾਰਾ ਰਾਤ ਪਹਿਲੇ ਕੱਟਦੀ ਲੱਗਦਾ ਸੋਚਾਂ ਵਿੱਚ ਦਿਨ ਸਾਰਾ ਤੈਨੂੰ ਅੰਮ੍ਰਿਤ ਗੀਤ ਲੱਗਦਾ ਮੇਰੇ ਨਾਲੋ ਤਨ ਪਿਆਰਾ ਸੁਣ ਮਾਣੂ ਕਿਵਾਰਿਆ ਵੇ लो जी थोड़े सामने नकल सुना लगे जरा गौर फरमाइओ। चार भरा होंगे उन्होंने एक भरा गरीब हो जाता वो अपने घर वाली बुला के गरीबी का कारण पुछदा एक कोल का गवांढी आके बिच दखल अंदाजी करता जवाब सवाल करता जरा गौर दे नाल देखो नहीं पागवाने हाय दसो की गल है गल ये आ की देख असी चार भाई है चारे भाई जब असी दूजे नालों अड हो वखरे होना जिनी तो अपन जमीन आई है उन्हें जिन्ना रुपया आया ਉਹਨਾਂ ਜਿੰਨਾ ਸੋਨਾ ਆ ਉਹਨਾਂ ਵਰਗੇ ਆਪਾਂ ਨੂੰ ਘਰਦਾਰ ਆਇਆ ਠੀਕ ਹੈ ਜੀ ਪਰ ਜਿਹੜੇ ਮੇਰੇ ਵੱਡੇ ਭਰਾ ਨੇ ਮੇਤੋਂ ਤਿੰਨ ਹਾਂ ਉਹ ਤਿੰਨ ਵਾਰ ਦਿਨ ਅਮੀਰ ਹੋਈ ਜਾਂਦੇ ਆ ਮੈਂ ਤੇ ਪੁੱਛਦਾ ਭਗਵਾਨੇ ਮੈਨੂੰ ਇਹ ਦੱਸ ਵੀ ਮੈਂ ਗਰੀਬ ਕਿਉਂ ਹੋਇਆ ਗੱਲ ਇਹ ਹੈ ਜੀ ਕੁੜੀਆਂ ਦਾ ਕੰਮ ਹੁੰਦਾ ਘਰ ਦੇ ਕੰਮਾਂ ਬਾਰੇ ਸੋਚਣਾ ਭਾਈ ਸਾਹਿਬ ਸਤਿ ਸ੍ਰੀ ਅਕਾਲ ਬਾਬੀ ਜੀ ਹਾਈ ਸਲਾਮ ਅਲੈਕੁਮ ਹਾਂਜੀ ਹਾਂ ਅਲੀ ਲੈ ਵੀ ਇਹ ਤੁਸੀਂ ਦੋਏ ਜੀ ਇਕੱਠੇ ਖੜੇ ਹੋ ਨਹੀਂ ਤਾਂ ਇਹ ਜੇ ਟਾਈਮ ਤੁਹਾਡੇ ਕੰਮ ਖਰਾਬ ਹੀ ਹੁੰਦਾ ਸਹੀ ਗੱਲ ਹੈ ਸਹੀ ਗੱਲ ਹੈ ਹਾਂਜੀ ਉਹ ਗੱਲ ਇਹ ਆ ਭਰਾਵਾ ਦੇਖ ਅਸੀਂ ਚਾਰ ਭਾਈ ਹਾਂ ਠੀਕ ਆ ਚਾਰੇ ਭਾਈ ਜਦ ਅਸੀਂ ਇੱਕ ਦੂਜੇ ਨਾਲੋਂ ਅੱਡ ਅੱਡ ਹੋਇਆ ਉਹਨਾਂ ਦੇ ਰੁਪਈਏ ਆਏ ਨੇ ਉਹਨਾਂ ਜਿੰਨਾ ਸੋਨਾ ਆਇਆ ਉਹਨਾਂ ਵਰਗੇ ਮੈਨੂੰ ਘਰਦਾਰ ਆਇਆ ਉਹਨਾਂ ਜਿੰਨੀ ਜ਼ਮੀਨ ਆਈ ਆ ਜਿਹੜੇ ਮੇਤੋਂ ਮੇਰੇ ਵੱਡੇ ਤਿੰਨ ਭਰਾ ਉਹ ਦਿਨ ਬਰ ਦਿਨ ਅਮੀਰ ਹੋਈ ਜਾਂਦੇ ਆ ਮੈਂ ਆਪਣੇ ਘਰ ਵਾਲੀ ਨੂੰ ਪੁੱਛਦਾ ਵੀ ਭਗਵਾਨ ਨੇ ਮੈਨੂੰ ਇਹ ਦੱਸ ਵੀ ਮੈਂ ਗਰੀਬ ਕਿਉਂ ਹੋਇਆ ਹਾਂ ਭਾਈ ਤੂੰ ਇਹਨੂੰ ਦੱਸ ਜੀ ਵੀ ਇਹ ਤੇਰੇ ਕਿਉਂ ਹੋਇਆ ਉਹ ਗਰੀਬ ਅੱਛਾ ਗਰੀਬ ਗਰੀਬ ਵੀ ਗਰੀਬ ਕਿਉਂ ਹੋਇਆ ਗਰੀਬੀ ਦਾ ਕਾਰਨ ਮੈਂ ਦੱਸਦਾ ਹਾਂ ਤੂੰ ਤਾਂ ਪੀ ਜਾਣਾ ਹਜ਼ਾਰ ਬਾਰਾਂ ਸੌ ਦੀ ਦਾਰੂ ਡੇਲੀ ਪੀਣਾ ਸ਼ਰਾਬ ਪੀ ਜਾਣਾ ਹਾਂ ਇਹ 2000 ਰੁਪਈਆ ਚੱਕਦੀ ਆ ਹਾਂ ਬਿਊਟੀ ਪਾਰਲਰ ਚੋਂ ਨਹੀਂ ਆਉਂਦੀ ਸਹੀ ਗੱਲ ਹੈ ਸਹੀ ਗੱਲ ਹੈ ਜਿਹੜੇ ਘਰ ਚੋਂ 3000 ਰੁਪਈਆ ਨਿਕਲੂਗਾ ਕੀ ਉਹ ਐ ਦੱਸ ਵੀ ਘਰ ਅਮੀਰ ਹੋਊਗਾ ਓਹੋ ਇਹ ਤਾਂ ਕਦੇ ਸੋਚਿਆ ਨਹੀਂ ਸਹੀ ਗੱਲ ਹੈ ਜੀ ਕਦੇ ਸੋਚੀ ਨਹੀਂ ਇਹ ਗੱਲ ਫਿਰ ਇਹੀ ਤਾਂ ਗੱਲਾਂ ਸੋਚਣ ਦੀਆਂ ਨੇ ਵੀ ਮੇਰੀ ਗੱਲ ਸੁਣਾ ਦੇਖ ਮੈਂ ਹੋਣਾ ਅਮੀਰ ਆਪਣੇ ਭਾਈਆਂ ਦੇ ਬਰਾਬਰ ਦਾ ਹੋਣਾ ਮੈਂ ਅੱਛਾ ਫਿਰ ਐ ਕਰ ਹਾਂ ਲੈ ਤੂੰ ਅੱਜ ਤੋਂ ਸ਼ਰਾਬ ਛੱਡ ਲੈ ਵੀ ਮੈਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਂਦਾ ਲੈ ਭਾਈ ਤੂੰ ਆਉਂਦਾ ਪਾਰਲਰ ਦੇ ਵਿੱਚ ਜਾਣਾ ਛੱਡ ਜਮਾ ਨਹੀਂ ਜਾਂਦੀ ਜਦ ਤੇਰੇ ਪਾਰਲਰ ਦਾ ਹੌਲ ਉੱਠੇ ਚੁੱਲੇ ਮੂਹਰੇ ਬਹਿ ਗਈ ਸਵਾਦ ਅੱਧੀ ਵਿੱਚ ਪਾਣੀ ਪਾ ਲਈ ਠੀਕ ਹੈ ਅੱਧੀ ਕੁ ਸੁੱਕੀ ਰੱਖ ਲਈ ਮੂੰਹ ਤੇ ਦੇ ਰਗੜਾ ਲੈ ਰਗੜਾ ਦੇ ਰਗੜਾ ਲੈ ਰਗੜਾ ਬਸ ਆਪੀ ਰੰਗ ਲਾਲ ਨਿਕਲ ਆਊਗਾ ਆਹੋ ਉੱਥੇ ਵੀ ਸਵਾਦ ਹੀ ਹੁੰਦੀ ਆ ਠੀਕ ਹੈ ਠੀਕ ਹੈ
ਲੈ ਮੈਂ ਪੈਸੇ ਜੋੜਨੇ ਆ ਕੋਈ ਵਧੀਆ ਰਾਈਡਰ ਮੈਂ ਦਾਰੂ ਛੱਡਦੀ ਹਾਂ ਤੂੰ ਪਾਰਲਰ ਚ ਜਾਣਾ ਛੱਡ ਜਮਾ ਨਹੀਂ ਜਾਂਦੀ ਅਰੇ ਭਈਆ 3000 ਬਚ ਗਿਆ ਤੋ ਹਾਂ ਬਈ 90000 ਮਹੀਨੇ ਦਾ ਬਚੂ 1,80,000 ਸਾਲ ਦਾ ਬਚੂ ਹਾਂ 3 ਸਾਲਾਂ ਚ ਕੋਠੀ ਪਾ ਲੋਗੇ ਹਾਂ ਚੌਥੇ ਸਾਲ ਵਿਆਜੂ ਦੇਣ ਲੱਗ ਜਾਓਗੇ ਕੋਈ ਵੀ ਗੱਲ ਸਹੀ ਆ ਵੀ ਰਹਿ ਤਾਂ ਵਧੀਆ ਦਿੱਤੀ ਆ ਹਾਂ ਤਾਂ ਕਰਕੇ खर्चा घट करना ठीक है ठीक है ले अज तो बाद तू आटा छान के ना गुन्नी बिच थोड़ी जी तूड़ी पा ली कादे वास्ते आटे का वाधा हो जू ओ तूड़ी खा के बीमार हो जाओगे सिविल हस्पताल च दाखिल हो जाओगे दुध डब रोटियां इलाज मुक्त हो सही गल उ पैसे जोड़न लेकिन गल होर सुनना अज तो बाद सिर्फ ते चार रोटियां बनाउणियां ने दो तेरियां दो मेरियां रोज खाना बस तेन 15 किलो दो रोटियां खान की जरूरत 16 दिन तेरा डिपू बोल जू ए चादर मैनू पानी पा जिद करते जिद जिद लड़ाई करते हैं दस दसी देखा तू लग ए मगर अच्छा जेडी गल कहे मननी ठीक है नहीं भाई फिर भी ये बंदा ठीक है तू ए मगर लग ठीक है जेडी गल कहे तेनू मननी पी जी नहीं आए कर भाई ए दोए गल्ला छड की गल्ला एनू मेरे मगर ला थोड़ा ना अपना उल्लू सीधा कर दा मेरे मगर ला ले मेरे तो बाद अमीर होए सही कर ओए मेरा टब्बरा मेरे मगर ही रहूगा अज तो मैं इना मगर हां जी दो तीन डंग रोटी खा लिया करा फिर नहीं अमीर होंगे क्यों 30 रुपये की दाल लेंगे 50 उत्ते लगेंगे 80 की दाल खा के कद अमीर हो ए तू घट खर्चा की दाल हैगी फिर मेरे घर आई नू दस ऐ कर भाई हां जी 5 रुपये के काले छोले ले ला नाले ताकतवर होंगे खबरा तुसी जिम जान लग जो 10 रुपये छोले हां हां जी जदो पानी ने मारिया दो कवालिया छोलियां विच दो कटेड़े दिते मगरों किले टंग छी महीने नहीं गुजरे छोले तां मैं खाते नहीं गए सूफ पियो 10 रुपये दे छोले ਲੈ ਪਾਗਵਾਨ ਇੱਕ ਗੱਲ ਹੋਰ ਸੁਣ ਲਾ ਹਾਂਜੀ ਅੱਜ ਤੋਂ ਬਾਅਦ ਆਪਾਂ ਨਾ ਤਾਂ ਕਿਸੇ ਰਿਸ਼ਤੇਦਾਰ ਦੇ ਜਾਣਾ ਨਾ ਕਿਸੇ ਨੂੰ ਘਰੇ ਵੜਨ ਦੇਣਾ ਠੀਕ ਹੈ ਐ ਕਰੋ ਹਾਂ ਮੈਂ ਤਾਂ ਕਹਿੰਦਾ ਉਰੇ ਦੋਨੇ ਜਣੇ ਪੈ ਜੂ ਕਾਲੇ ਵਾਸਤੇ ਉੱਤੇ ਤੁਹਾਡੇ ਚਿੱਟੇ ਕੱਪੜੇ ਪਾ ਦਿੰਦੇ ਆ ਹਾਂ ਨੈਚ ਤੇ ਚੜਾ ਦਿੰਦੇ ਆ ਵੀ ਗੁਜ਼ਰ ਗਏ ਜਿਉਂਦੇ ਨੂੰ ਮਾਰ ਲੱਗਿਆ ਅਸੀਂ ਮੇਲਾ ਦੇਖਣਾ ਹੈ ਮਾਰਨ ਨੂੰ ਫਿਰਦਾ ਓਏ ਭਰਾਵਾ ਮੇਰੀ ਗੱਲ ਸੁਣ हाँ जी सरदार दयाल सिंह जी बहुत सारा 100 रुपये माण कर दे असी इन्हें बहुत बहुत शुक्रिया ਲੈ ਵੀ ਮੇਰੀ ਗੱਲ ਸੁਣ ਲਾ ਹਾਂਜੀ ਜੇ ਤਾਂ ਆਵੇ ਤੇਰੇ ਪੇਕਿਆਂ ਚੋਂ ਠੀਕ ਹੈ ਜੀ ਤਾਂ ਡਾਂਗ ਜੱਕੇ ਮੈਂ ਲਾਲਾ ਲਾਲਾ ਲੱਗ ਜਾ ਗੁਰੂ ਕਾ ਨੂੰ ਜੀ ਜੇ ਆਵੇ ਕੋਈ ਮੇਰੇ ਭਾਈਚਾਰੇ ਚੋਂ ਫਿਰ ਮੈਂ ਸਿਰ ਬੰਨ ਕੇ ਪੈ ਗਿਆ ਕਰੂੰ ਗਵਾਂਢੀ ਜਦ ਮਰਜੀ ਆ ਜੇ ਲੈ ਗਵਾਂਢੀ ਕਿੱਥੇ ਦੇਉ ਜਿਹੜਾ ਸਾਡਾ ਬਾਹਰਲਾ ਮੇਨ ਗੇਟ ਆ ਓਏ ਉਹਨੂੰ ਬਾਹਰੋਂ ਜਿੰਦਾ ਲਾ ਕੇ ਰੱਖਾਂਗੇ ਕੰਮ ਟੱਪ ਕੇ ਆ ਜੂ
ਰਿਸ਼ਤੇਦਾਰ ਤਾਂ ਬੜਾ ਨਹੀਂ ਦੇਣਾ ਸੀ ਗੁਆਂਢੀ ਨਹੀਂ ਆਉਣ ਦੇਣਾ ਨਾ ਰਿਸ਼ਤੇਦਾਰ ਆਉਣ ਦੇਣਾ ਬਾਗਵਾਨ ਨੇ ਇੱਕ ਗੱਲ ਹੋਰ ਸੁਣਾ ਜੀ ਜਿਹੜੇ ਆ ਵਿਆਹ ਕਾਹਨੂੰ ਹਟਦਾ ਅੱਜ ਤੋਂ ਬਾਅਦ ਖੇਤੀ ਦਾ ਕੰਮ ਮੈਂ ਆਪ ਕਰੂੰਗਾ ਠੀਕ ਹੈ ਜੀ ਸਵੇਰੇ ਮੈਂ ਹਾਜ਼ਰੀ ਦੀ ਰੋਟੀ ਘਰੋਂ ਖਾ ਕੇ ਜਾਇਆ ਕਰੂੰ ਜੀ ਠੀਕ ਹੈ ਦੁਪਹਿਰ ਦੀ ਰੋਟੀ 12 ਵਜੇ ਇਹ ਖੇਤ ਦੇ ਵਿੱਚ ਲੈ ਕੇ ਆਉਣਾ ਨਾਲੇ ਮੇਰੇ ਨਾਲ ਆ ਕੇ ਖੇਤ ਦੇ ਵਿੱਚ ਕੰਮ ਧੰਦੇ ਦੇ ਵਿੱਚ ਹੱਥ ਵਟਾਇਆ ਕਰੂੰ ਠੀਕ ਹੈ ਜੀ ਤਾਂ ਜੇ 12 ਵਜੇ ਰੋਟੀ ਨਾ ਆਈ हैलो सारे नगर वालों जिन्ने मेरे वीर आए ने बाहरों नेड़े दूरों सारे ने मान कीता पार्टी का निमक नौर वाली पार्टी ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਥੈਂਕ ਯੂ ਮਿਹਰਬਾਨੀ ਜੀ ਹਾਂਜੀ ਗਾਣੇ ਦੀ ਜਿਹੜੀ ਫਰਮੈਸ ਕਰੀ ਉਹ ਵੀ ਜ਼ਰੂਰ ਲਾਵਾਂਗੇ ਪਾੜ ਮੰਜੇ ਦੀ ਵਾਹੀ ਤੂੰ ਕਿੱਲੇ ਵਿੱਚ ਲਾ ਲਈ ਵੀ ਪੱਠੀ ਲਾ ਕੇ ਘਰੇ ਹਮੀਰਾ ਮਿਲ ਬਣਾ ਲਈ ਉਹ ਬੜੇ ਭਾਈ ਕੀ ਹਾਲ ਆ ਤੁਹਾਡੇ ਭਾਈ ਉਹ ਯਾਰ ਮੇਰੀ ਗੱਲ ਸੁਣ ਓਏ ਆਪਾਂ ਰਹਿਣਾ ਦੋਨੇ ਭਾਈ ਯਾਰ ਵਿਹਲੇ ਓਏ ਯਾਰ ਕੋਈ ਕੰਮ ਕਾਰ ਨਾ ਕਰ ਲਈਏ ਯਾਰ ਯਾਰ ਕੰਮ ਕਾਰ ਕੀ ਕਰੀਏ ਮੈਂ ਤਾਂ ਇਹੀ ਸੋਚੀ ਜਾਂਦਾ ਵੀ ਕਰੀਏ ਕੀ ਆਪਾਂ ਓ ਯਾਰ ਮੇਰੀ ਗੱਲ ਸੁਣ ਆਪਾਂ ਐ ਕਰਦੇ ਆ ਵੀ ਆਪਾਂ ਮੱਝਾਂ ਗਾਈਆਂ ਦਾ ਵਪਾਰ ਕਰ ਲੈਨੇ ਆ ਓਏ ਹਾਂ ਗੱਲ ਤੇਰੀ ਸਹੀ ਆ ਬਈ ਕਹਿੰਦੇ ਇੱਕ ਮੱਝ 5-5, 4-4 ਹਜ਼ਾਰ ਰੁਪਈਆ ਛੱਡ ਜਾਂਦੀ ਆ ਆਪਣੇ ਨਾਲ ਜਾ ਕੇ ਹਰੇਕ ਜਗ੍ਹਾ ਮਾਰ ਪਵਾਉਂਦਾ ਹੋਰ ਉਹਨੂੰ ਦੱਸਣਾ ਵੀ ਹੈ ਨੀ ਗੱਲ ਦੱਸਦੇ ਨੀ ਆਪਾਂ ਉਹਨੂੰ ਚੱਲੀਏ ਚਲਾਇਆ ਲੱਗਦਾ ਚਲਾ ਗੁਰਪ੍ਰਕਾਰ ਹਾਂਜੀ ਸਾਡੇ ਬਾਈ ਜੀ ਜੰਡਾ ਵਾਲੇ ਤੋਂ ਪਹਿਲਾਂ ਵੀ ਬਹੁਤ ਸਾਰਾ ਮਾਣ ਦੋਜੀ ਸਾਹਿਬ ਤੇ ਹੋਰ ਮਾਣ ਕਰਦੇ ਆ ਇਹ ਵੀ ਆਪਣੇ ਨਗਰ ਦੇ ਵਿੱਚ ਪ੍ਰੋਗਰਾਮ ਕਰਾਉਂਦੇ ਹੁੰਦੇ ਹੈਗੇ ਇਹਨਾਂ ਦੀ ਕਮੇਟੀ ਆ ਗਊਸ਼ਾਲਾ ਕਮੇਟੀ ਵੱਲੋਂ ਬਹੁਤ ਸਾਰਾ ਮਾਣ ਸਨਮਾਨ ਕੀਤਾ ਜਾਂਦਾ ਪ੍ਰੋਗਰਾਮ ਹਾਂਜੀ ਪੂਲੇ ਵਾਲੇ ਪਟਵਾਰੀ ਦੇ ਭਾਈ ਨੂੰ ਕੌਣ ਮਿਲਜੇ ਜੀ ਝੋਟਿਆਂ ਵਾਲਾ ਰਾਜਾ ਬਾਵੀ ਝੋਟਿਆਂ ਵਾਲਾ ਤੈਨੂੰ ਗੱਲ ਦੱਸੀਏ ਓਏ ਅਸੀਂ ਤਾਂ ਨਾ ਬਠਿੰਡੇ ਨੂੰ ਚੱਲੇ ਆ ਸਾਡੇ ਦੋਸਤ ਦੀ ਦਾਦੀ ਦਾ ਭੋਗ ਆ ਭੋਗ ਤੇ ਬੈਠਣ ਚੱਲੇ ਓਏ ਚਲੋ ਨਾਲੇ ਬੈਠੇ ਆਵਾਂਗੇ ਨਾਲੇ ਜਲੇਬੀਆਂ ਛਕੇ ਆਵਾਂਗੇ ਇਹਨੂੰ ਦੱਸਣਾ ਪੈਣਾ ਹੁਣ ਸੱਚੀ ਗੱਲ ਦੱਸ ਦੋ ਓਏ ਮੈਂ ਤੈਨੂੰ ਗੱਲ ਦੱਸਾਂ ਓਏ ਅਸੀਂ ਰਹਿਣੇ ਆ ਦੋਨੇ ਭਾਈ ਵਿਹਲੇ ਯਾਰ ਸਾਰੀ ਦਿਹਾੜੀ ਠੀਕ ਆ ਹੈ ਵੀ ਯਾਰ ਕੋਈ ਕੰਮ ਕਾਰ ਨਾ ਕਰ ਲਈਏ ਕੰਮ ਕਰਨਾ ਇਨਸਾਨ ਦਾ ਫਰਜ਼ ਆ ਓ ਯਾਰ ਮੇਰੀ ਗੱਲ ਸੁਣ ਤੂੰ ਵੀ ਦੱਸ ਕੰਮ ਹੋਵੇ ਘੱਟ ਰੁਪਈਏ ਬਣਨ ਵੱਧ ਚਿੱਟਾ ਵਿੱਚੋਂ ਚਿੱਟਾ ਵਿੱਚ ਉਹ ਇੰਨਾ ਕੁ ਰੁਪਈਏ ਇੰਨੇ ਨਾ 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 ਇੱਕ ਨੰਬਰ ਦਾ ਕੰਮ ਇੱਕ ਨੰਬਰ ਦਾ ਫਿਰ ਭਾਈ ਸਾਫ ਤੇ ਟੋਟੇ ਉਹ ਨਹੀਂ ਇਹ ਤਾਂ ਆਪ ਦੋ ਨੰਬਰ ਇਹ ਵੀ ਦੋ ਨੰਬਰ ਜਾ ਗਏ ਯਾਰ ਫਿਰ ਥੀਮ ਥੀਮ ਯਾਰ ਇਹ ਨੀ ਅਸੀਂ ਕੰਮ ਕਰਨਾ ਉਹ ਨੰਬਰ ਦਾ ਤਾਂ ਕੰਮ ਕਰਨਾ ਨੀ ਫਿਰ ਇੱਕ ਨੰਬਰ ਦੇ ਤੋਂ ਘਰ ਪੂਰਾ ਨੀ ਹੁੰਦਾ ਓਏ ਮੇਰੀ ਗੱਲ ਸੁਣ ਓਏ ਅਸੀਂ ਇਹ ਕੰਮ ਸੋਚਿਆ ਵੀ ਦੋਨਾਂ ਭਾਈਆਂ ਨੇ ਵੀ ਅਸੀਂ ਮੱਝਾਂ ਗਾਈਆਂ ਦਾ ਵਪਾਰ ਕਰ ਲੈਂਦੇ ਆ ਯਾਰ ਵਪਾਰ ਲੈਣ ਦੇ ਵਿੱਚ 10 ਰੁਪਈਏ ਹੈਗੇ ਹਾਂ ਲੈ ਆਓ ਯਾਰ ਮੈਂ ਵੀ ਵਪਾਰ ਕਰੂੰ ਓਏ ਅਸੀਂ ਤਾਂ ਕਰਾਂਗੇ ਮੱਝਾਂ ਗਾਈਆਂ ਦਾ ਉਹ ਤੂੰ ਕਾਹਦਾ ਕਰੇਗਾ ਕੱਟਿਆਂ ਦਾ ਲੈ ਕੱਟੇ ਕਿੱਥੇ ਭੇਜੇਗਾ ਯੂਪੀ ਚ ਉਧਰ ਵੀ ਬੰਦ ਹੋ ਗਏ ਅੱਛਾ ਓਏ ਮੇਰੀ ਗੱਲ ਸੁਣ ਆਓ ਚਲੀਏ ਯਾਰ ਮੰਡੀ ਜਾਜੂਗਾ ਚਲੀ ਉਹ ਪੈਸੇ ਦੱਸੋ ਯਾਰ ਪੈਸੇ ਤੇਰੇ ਕੋਲੇ ਕਿੰਨੇ ਨੇ ਮੇਰੇ ਕੋਲੇ 3.5 ਲੱਖ ਤੇਰੇ ਕੋਲੇ ਓਏ ਮੇਰੇ ਕੋਲੇ 2.5 ਲੱਖ ਆ ਜਾ ਹੁਣ ਨੂੰ ਆਪਾਂ ਆਰਾਮਪੁਰੇ ਮੰਡੀ ਲੈ ਲੈ ਇੱਧਰ ਆ ਤੂੰ ਤਾਂ ਦੱਸ ਕਿੰਨੇ ਨੇ ਤੇਰੇ ਕੋਲੇ ਓਏ ਤੇਰੇ ਕੋਲੇ 2.5 ਲੱਖ ਇਹਦੇ ਕੋਲੇ 2.5 ਲੱਖ ਤੇਰੇ ਕੋਲੇ 3.5 ਲੱਖ ਕਿੰਨਾ ਬਣ ਗਿਆ 6 ਲੱਖ ਤਿੰਨ ਥਾਵੇਂ ਵੰਡੋ ਮਿੱਤਰ ਨੂੰ 2 ਆਊ ਲੈ
ਸਾਡੀ ਪਹਿਣ ਇਸੇ ਬਾਈ ਜਾਂਦਾ ਹਾਂ ਹਾਂ ਕਿੰਨੇ ਪਹਿਣ ਪੈਸੇ ਦੱਸ माल खरीदया करांगे ठीक है चलो चलिए चलिए चलो गल सुनो आप माल खरीद लो हां खर्चा भी आप खर्चा करो एक थावे एक थावे करो एक थावे हां अजकल मंडिया च व्यापारी घट पहुंचते ने रोटी पानी का जो भी कुछ खाओ पियोगे पहले दिन सारा खर्चा मेरा लवी मेरी गल सुनो पहले दिन का सारा खर्चा एरा दूए दिन सारा खर्चा मेरा तीए दिन मुड़े आवांगे आप चाह बनाई सानू चलो एक दिन माल खरीदांगे दूजे दिन गड्डी भर लेंगे तीजे दिन केड़ा गोआ इकट्ठा करांगे ओ मेरी गल सुनो ओ ऐ करो रोटी खायो आपां उत्थे बाहरले अड्डे ते इकट्ठे हो जाओ ओ रोटी थोनू सकीरी च खवाऊंगा सकीरी दे विच रिश्तेदारी च केड़ी रिश्तेदारी अपनी माती दी ती ती दी भांजी भांजी दी भूआ भूआ दी नानी नानी दी गां त्राणी गां ओदी चाची मेरी साली लगदी आ टक ना टक रलदा जी ओ खवावेगा रोटी लै भी चलो चलिए बड़े भाई ओए मेरी गल सुन मैं तेन कहा सी ना भी घरों खा लो रोटी एने मगर लग के ना भुखे मर गए ओ यार मेरी गल भुख लगे आई यार भुख लगे आई इन रोटी रोटी लेके आ तू मैं लेके आवा जी जिथो नकल शुरू हुई है खुशी है जी रोटी किन्ना दे पकवान जा रहे ने जेड़े तीवी आदमी धन जोड़ते हैं और उन्होंने रोटी खवानी नहीं खुशिया जी ने खा के आनी है थोड़े सामने सीन पेश कुड़े भाई कोई करे कुड़े परसिन्नी है नहीं मैं तो परछन्ना किहो जी वाए परछन्ना तकड़ बिन्ना आयो जी लगे आओ आए जी और भाई कुड़िए तकड़ियां ते मैं तेन सियाने नहीं पुल थले की होया की होया तेन केले लेके दिते ने बे मैं नी कोई होर हो बच नहीं थी बैठी ना ना मैं अच्छा अच्छा कोई होर हो हां किवें आउणे होए रोटी खानी आ ਸਾਡੇ ਤਾਂ ਆਟਾ ਨਹੀਂ ਆਈ ਕਰ ਚੌਲ ਬਣਾ ਲਾ ਬਿਨਾ ਚੌਲ ਨੇ ਇਹ ਖੀਰ ਬਣਾ ਲਾ ਦੁੱਧ ਨਹੀਂ ਪ੍ਰਸ਼ਾਦ ਬਣਾ ਲਾ ਸੂਜੀ ਦਾ ਪਿੱਗਲ ਸਣ ਮੇਰੀ ਹੱਥ 'ਚ ਮੇਰੇ ਖੁਰਪੀ ਭਰਾਵਾ ਮੈਂ ਤਾਂ ਖੇਤ ਦੀ ਰਾਖੀ ਖੁਰਪੀ ਮੇਰੇ ਕੋਲ ਬੇਰ ਨਹੀਂ ਆਏ ਕਰ ਕਿਲੋ ਲਿਆ ਦੇ ਬੱਬੜ ਅੱਛਾ ਇੱਥੇ ਬੈਠਾ ਬੱਟੂ ਬਾਣ ਬਿਨਾਂ ਰੋਟੀ ਖਾਦੇ ਮੇਰਾ ਨਹੀਂ ਹੁੰਦਾ ਜਾਨ ਰੋਟੀ ਖਾ ਕੇ ਵੀ ਸੱਚੀ ਗੱਲ ਦੱਸਾਂ ਮੈਂ ਝੂਠ ਨਹੀਂ ਬੋਲਦੀ ਮੈਂ ਸੱਚ ਨਹੀਂ ਬੋਲਦਾ ਸਾਡੇ ਆਟਾ ਸੱਚੀ ਹੋ ਨਹੀਂ ਹੈਗਾ ਚੱਲ ਕਿਸੇ ਗਵਾਂਢੀਆਂ ਦੇ ਜਾਇਆ ਭਾਈ ਅੱਗੇ ਕਈ ਘਰਾਂ ਦਾ ਦੇਣਾ ਜਾਇਆ 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 ਆਓ ਖਬਰ ਤੇਰੇ ਭਾਗਾਂ ਦਾ ਮਿਲਦੀ ਕੁੜੇ ਭੈਣੇ ਤੁਸੀਂ ਇਹਦੇ ਫੁੱਫੜ ਕਿਵੇਂ ਲੱਗਦੇ ਹੋ
पछाता कर दी मैं दफा हो गए खा के दो रोटी मैं सोची जानी है बड़े भैने आटा लेके जा मेरी गल सुननी तेरा खसम कमाउंदा नहीं कमाउंदा फिर वो सौदा नहीं लिया दारू पी जाता दारू पी जाता मेरी गल सुन कदे हल्दी मुक गई कदे लून मुक गया कदे मिर्चा मुक गया दारू घट तू छलिया करे सौदा लिया के देवे तेनू करे हां देख ली समझ आगर पे हां भैन बन के आता मैं तरस आता तेरे ते फिर भी तेरे फुफड़ से वाला होगा ठीक है चल डोंगा ले एक भर के रसोई चू शुक्र है मिल गया पांच किलो साढ़े चार दिन लंघन गए रोटी खा के चार घंटे बेड रेस्ट करूम दस कि आराम ही करना बाहर पिपल खड़ा उठे जाके पै गया कीड़े ने सच्ची गल दसा बे मेरे घर वाला बहुत कुपत्ता मैं ओदी रोटी लेके जानी सी मैं घंटा लेट हां जे उड़ीक के आ गया देख ला फिर की बनू ना मैं तेरे घर वाले तो डरदा नहीं क्यों ना डरदा तेरे घर वाले तो की गल ले मेरी बाह फड़ के देख ट्रिप ते जाना इधर बुढ़िए नु बाह फड़ा किसे बंदे नु फड़ा बंदा तो तोड़ दूर बे की आ गया सैपा छिड़जू तुले मैं जा नहीं सकदा भाई अच्छा तू मैनू बेडरूम दी चाबी दे दे माड़ा जा पखा चला ले मैं दो घंटे आराम कर तू मैनू बारे चाहे कुंडा ला नहीं पागल ने बुआ खोल बे छिड़ गया सैपा नी कौन बे मेरी घर वाला नी मैनू बचा ला जल्दी मिंट कर दी नहीं मैनू अंदरों दो आवाजां आउंदियां ने कमरा बोलता जी नवा पाया नहीं तू तो कह नहीं मैं अंदर चिड़े की फरकन दी अज तक पहाड़ी कौ फसिया लिया मर जाने जल्दी तेरी मिन्नत कर दी कि जहा जाकर साढ़े वड्डा गेट आ छोटे गेट निकल जा भाजा की हो गया थमले च लग गया थोड़ा खांदा अन्न खा के मुसल तो फिर एक तरीका आ डंगर नीवी जी खुली च पै डंगर खुली च पै जा नीवी जी चौथा हां नहीं मैनू अमरीकी इधर डाक फिर टुट जाने पर हुण तां एक ही तरीका छेती 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 कर आ थोड़ी जी पराली पी आ 11-21 दी लंबी लंबी जी मेनू पता भी तू बिच है हुण बचना भी तो है ला बोली ना कुंडा बोलने लगी आ कुट पऊ है
हूं ना बोली हां आ जाओ जी कुंडा खुले ही आ नहीं मैनू 10 मिनट हो गया आवाजा मार दे टेबल बुआ ना खोले आ मैं मारिया छमका कुट्टी मैवे नी देख मेरी चितराई मेरी सुके संगड़ आई रोई बहनी अच्छा लो जी थोड़े सामने नकल लो हम थोड़े सामने साड़ी कलाकार ने चित्रहार दी आइटम एक डांस दी आइटम थोड़े रूबरू हाँ जी दोस्तों थोड़े सामने ड्रामा स्टोरी पेश करेंगे जरा गौर फरमायो एक चित्रहार दी आइटम थोड़े रूबरू बाकी सारी संगत वालों बहुत सारा माण आया बहुत सारा प्यार आया चित्रहार दी आइटम थोड़े रूबरू तांडव किया देव देन तकरीरा और जा नचे सी कृष्ण कन्हैया जा फिर नची मीरा जा फिर भक्त ध्यानू नचया बदल गई तकदीर जा इश्क विच रांझा नचया गल विच पाटियां लीरा और करमजीत पुरी जा इश्क विच बुल्ला नचया जा नचना अज मस्त फकीरा जा नचना अज मस्त फकीरा अज नचना मस्त फकीरा आ भी सजना यार मनाइए Thank you.
ਮਜਨੂਆਂ ਦੇ ਜਿੱਥੇ ਜਾਤ ਤੇ ਰੁੱਖ ਦਾ ਫਰਕ ਨਹੀਂ ਸਾਨੂੰ ਨਿੰਦ ਲੈ ਭੰਡ ਲੈ ਲੱਖ ਭਾਵੇਂ ਸਾਡੇ ਇਸ਼ਕ ਵਾਲਾ ਤੈਨੂੰ ਫਰਕ ਹੈ ਨਹੀਂ ਅੰਨ ਪੜਾ ਸੀ ਨਿੰਦੀਏ ਨਾ ਮੁਸ਼ਕਾਂ ਨੂੰ ਉਹ ਜਾਂਦਾ ਹੈ ਬੇੜਾ ਕਰ ਕੇ ਉਹ ਜਾਂਦਾ ਹੈ ਬੇੜਾ ਕਰ ਕੇ ਸਾਡੀ ਪਾਰਟੀ ਨੂੰ 100 ਰੁਪਇਆ ਮਾਣ ਆਇਆ ਸਾਡੇ ਵੀਰ ਪੁਲੀ ਤੋਂ ਪਹੁੰਚੇ ਆ ਉਹਨਾਂ ਵੱਲੋਂ 100 ਰੁਪਇਆ ਮਾਣ ਆਇਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਤਾਂ ਦਿਲੋਂ ਸ਼ੁਕਰਗੁਜ਼ਾਰ ਹਾਂ ਬਾਕੀ ਹੋਰ ਸੰਗਤ ਵੱਲੋਂ ਵੀ ਬਹੁਤ ਸਾਰਾ ਮਾਣ ਆਇਆ ਬਹੁਤ ਸਾਰਾ ਪਿਆਰ ਆਇਆ ਅਸੀਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤਾਂ ਦਿਲੋਂ ਸ਼ੁਕਰਗੁਜ਼ਾਰ ਹਾਂਜੀ ਆ ਜਾਈਏ ਲਓ ਜੀ ਡਰਾਮਾ ਸਟੋਰੀ ਬੋਲੋ ਕਹੇ ਜਾ ਸੁਣਾਈਏ ਆਖੋ ਪੂਰਨ ਭਗਤ ਹੀ ਰਾਂਝਾ ਸੋਹਣੀ ਮਹੀਵਾਲ ਪਹਿਲਾਂ ਬਲਕਿ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਦਾ ਕਿਉਂਕਿ ਜਿਹੜੀ ਆਪਣੇ ਵਿਰਸਾ ਸੰਭਾਲ ਕਮੇਟੀ ਆ ਨਥਾਣਾ ਬਹੁਤ ਨਾਮ ਆ ਸਿਆਣੇ ਬੰਦੇ ਨੇ ਇਸ ਕਮੇਟੀ ਦੇ ਵਿੱਚ ਨਾਲ ਬੱਚੇ ਵੀ ਜੁੜੇ ਹੋਏ ਆ ਆਹ ਜਿਹੜਾ ਰੌਣਕ ਮੇਲਾ ਹੁੰਦਾ ਇਹਨਾਂ ਦੇ ਸਹਿਯੋਗ ਨਾਲ ਹੁੰਦਾ ਕਿਉਂ ਦੇਖੋ ਪੈਸੇ ਵੀ ਤੁਹਾਡੇ ਨੇ ਸਾਰਾ ਪ੍ਰੋਗਰਾਮ ਤੁਹਾਡਾ ਐਂ ਦੇਖੋ ਵੀ ਪਹਿਲਾਂ ਮੈਨੂੰ ਐਂ ਦੱਸੋ ਵੀ 10-15 ਦਿਨਾਂ ਬੰਦਾ ਕੋਈ ਕੰਮ ਛੱਡ ਨਹੀਂ ਸਕਦਾ ਇਹਨਾਂ ਨੇ ਕੀ ਆਪਣੇ ਨਗਰ ਦੀ ਮਰਿਆਦਾ ਰੱਖਣ ਵਾਸਤੇ 10-10 ਦਿਨ 15-15 ਦਿਨ ਕੰਮ ਪਹਿਲਾਂ ਛੱਡਦੇ ਆ ਗਏ
ਨਹੀਂ ਇਹਨਾਂ ਨੂੰ ਕੀ ਹੈਗਾ, ਮੇਲਾ ਦੁਨੀਆਂ ਆਉਂਦੀ ਆ ਬਾਬੇ ਦੇ ਮੱਥਾ ਟੇਕਦੀ ਆ ਜਾਈ ਜਾਂਦੀ। ਇਹਨਾਂ ਨੂੰ ਇਹ ਆ ਵੀ ਸਾਡੇ ਨਗਰ ਦੇ ਵਿੱਚ ਆਲੇ ਦੁਆਲੇ ਪਿੰਡ ਆਉਂਦੇ ਨੇ ਗੇ, ਮਿੱਤਰ ਦੋਸਤ ਆਉਂਦੇ ਆਗੇ, ਚਲੋ ਦੋ ਘੰਟੇ ਚਾਰ ਘੰਟੇ, ਨਾਲੇ ਤਾਂ ਬਾਬਿਆਂ ਦੀ ਹਾਜ਼ਰੀ ਭਰੀ ਜਾਂਦੀ ਆ, ਚੌਂਕੀ ਭਰੀ ਜਾਂਦੀ ਆ, ਨਾਲੇ ਰੰਗ ਤਮਾਸ਼ਾ ਹੋ ਜਾਂਦਾ। ਇਹ ਗੱਲਾਂ ਕਈ ਸੋਚਣ ਵਾਲੀਆਂ ਹੁੰਦੀਆਂ ਨੇ। ਸੰਗਤ ਦੇ ਵਿੱਚ ਕੋਈ ਐਸਾ ਬੰਦਾ ਹੁੰਦਾ ਜਿਹਦੇ ਕੇਰਾ ਮੱਥੇ ਲੱਗ ਜਾਏ ਉਹਦੇ ਸਾਰੇ ਕਲੇਸ਼ ਕੱਟੇ ਜਾਂਦੇ, ਵਿੱਚ ਐਸਾ ਵੀ ਬੰਦਾ ਹੁੰਦਾ ਸੰਗਤ ਦੇ ਵਿੱਚ। ਬਾਕੀ ਹਜੇ ਆਪਣਾ ਮੇਲਾ, ਮੈਂ ਅੱਜ ਕਹਿ ਰਿਹਾ ਗੱਲ, ਆਪਣਾ ਮੇਲਾ ਹਜੇ ਫੇਰ ਵੀ ਮਰਿਆਦਾ ਵਾ, ਨਹੀਂ ਆ ਗੁਰੂ ਕੇ ਕੋਠੇ ਨਚਾਰਾਂ ਵਾਲਾ ਮੇਲਾ ਕੱਲਾ, ਤੁਸੀਂ ਸਾਰਿਆਂ ਨੇ ਦੇਖਿਆ ਉਹ ਲਾਈਵ ਚੱਲਿਆ ਨਚਾਰਾਂ ਦਾ ਮੇਲਾ, ਆਪਣਾ ਮੇਲਾ ਫੇਰ ਵੀ ਹਜੇ ਮਰਿਆ ਵਾ। ਕੋਈ ਕਹਾਣੀ ਵੀ ਸੁਣਦੇ ਹੋ, ਕਲੀਆਂ ਵੀ ਸੁਣਦੇ ਹੋ, ਉਹ ਕਹਿੰਦੇ ਕਲੀ ਸੁਣਾਉਣ ਦੀ ਲੋੜ ਨਹੀਂ, ਕੋਈ ਸਟੋਰੀ ਸੁਣਾਉਣ ਦੀ ਲੋੜ ਨਹੀਂ, ਬਸ ਨਚਾਰਾਂ ਨੂੰ ਛੱਡੀ ਰੱਖੋ, ਧੂਤਕ ਧਾੜਾ ਪਿਆਈ ਰਹੇ, ਠੰਡਾ ਕੰਮ ਪਵੇ। ਆਪਾਂ ਹਜੇ ਵੀ ਮਰਿਆਦਾ ਨਾਲ ਕੰਮ ਕਰਦੇ ਹਾਂ ਕਿ ਉਹ ਸਿਆਣੇ ਬਜ਼ੁਰਗ ਬੈਠੇ ਆ, ਪਰ ਆਇਆ ਉਹ ਜਿਹੇ ਟਾਈਮ ਬਜ਼ੁਰਗ ਵੀ ਉਹੋ ਜਿਹੇ ਬਣੇ ਹੁੰਦੇ ਆ। ਲਓ ਆਲਾਪਤ ਕੀ ਜਿਹੜਾ ਤਰ੍ਹਾਂ ਦਾ, ਹਾਂਜੀ ਸਾਡੇ ਬਹੁਤ ਹੀ ਮਾਣਯੋਗ ਸਤਿਕਾਰ ਜੋ ਭਾਈ ਮੰਦਰ ਜੀ ਐਮ ਸੀ ਸਾਹਿਬ, ਉਹਨਾਂ ਵੱਲੋਂ ਸਾਡੀ ਪਾਰਟੀ ਨੂੰ 100 ਰੁਪਏ ਮਾਣ ਆਇਆ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਦਿਲੋਂ ਸ਼ੁਕਰਗੁਜ਼ਾਰ ਹਾਂ। ਹਾਂਜੀ ਸਾਡੇ ਬਹੁਤ ਹੀ ਮਾਣਯੋਗ ਸਤਿਕਾਰ ਜੋ ਸਰਦਾਰ ਟੇਕ ਸਿੰਘ ਢੋਲੇ, ਉਹਨਾਂ ਵੱਲੋਂ ਵੀ 100 ਰੁਪਏ ਸਪੈਸ਼ਲ ਮਾਣ ਆਇਆ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ। ਬਾਕੀ ਹੋਰ ਸੰਗਤ ਵੱਲੋਂ ਵੀ ਬਹੁਤ ਸਾਰਾ ਮਾਣ ਆਇਆ, ਅਸੀਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਲਓ ਜੀ ਹੁਣ ਤੁਹਾਡੇ ਸਾਹਮਣੇ ਸਾਡੇ ਕਲਾਕਾਰਾਂ ਵੱਲੋਂ ਇੱਕ ਚਿੱਤਰਹਾਰ ਦੀ ਆਈਟਮ ਤੁਹਾਡੇ ਰੂਪੀ ਜੀ, ਪਾਣੀ ਦਿਖਾ ਦਿਓ ਸਾਨੂੰ। ਕਦੇ ਮਾਮਾ
जगदीश जी कबड्डी कमेंटर उन्होंने वालों बहुत सारा माण आया बहुत सारा प्यार आया असं भाई का बहुत बहुत धन्यवाद करते दिलों शुक्र गुजारा जी बाकी होर संगत वाले बहुत सारा माण आया बहुत सारा प्यार आया असं सारे का बहुत बहुत धन्यवाद करते हैं सो असं बहुत बहुत शुक्र गुजार हाँ जी साडे वीर कुलवीर दे जो कि मालवा नंबर वन चैनल जो कि आते इस प्रोग्राम इस मेले को जो कि लाइव परफॉर्मेंस कर रहे जो कि लाइव चल रहे हैं अज का यह प्रोग्राम जो कि मेला अपने नगर के श्री श्री 108 संत बाबा कालू नाथ जी का मनाया जाता सो ये मेला ये लाइव चल रहा जब ये प्रोग्राम भी जो स्टेज पर चल रहा यह भी लाइव चल रहा से मालवा नंबर वन चैनल का बहुत बहुत धन्यवाद करते हैं बहुत बहुत शुक्रगुजार हाँ साढ़े भाई कुलदीप जी के जिन्हों वालों साढ़े जोड़े कि देशों विदेशों के साढ़े पंजाबी वीर बैठे साढ़े नगर के बैठे आ जो कि इस मेले का आनंद माण सकते इस प्रोग्राम का आनंद माण सकते हैं असं कुलदीप जी का बहुत बहुत धन्यवाद करते हैं दिलों शुक्रगुजार जी कलाकार सुखी जी ये गीत लैके थोड़े रूप रूप साडे कलाकार सुखी सुखी जी रमला जी का गाया गाना स्वर्गवासी रमला जी खले खले हले पाड़ में जीदी बाही को चुल्ले पाड़ में जीदी बाही को चुल्ले चलाली दे पाड़ में जीदी बाही को चुल्ले चलाली दे
Thank you.
ਚਪਟੀ ਮਾੜੀ ਵਾਲਾ ਪੱਟੀ ਚੰਗੀ ਹੁੰਦੀ ਹੈ ਚਪਟੀ ਚੰਗੀ ਹੁੰਦੀ ਹੈ ਚਪਟੀ ਗੱਲਾਂ ਖੜੀ ਛੱਡੀ ਬੜਾ ਨਿਆਣਾ ਆਉਂਦਾ ਫਿਰ ਕਹੇ ਕਰਦੀ ਗੱਡੀ ਮਾਰਿਆ ਕਰੋ ਬਾਈ ਜੀ ਇੱਕ ਵਾਰੀ ਦੋ ਦਾ ਕਹਿੰਦੇ ਸਰਦਾਰ ਦਾੜੀ ਦੇ ਨਾਲ ਤੇ ਬੰਗਾਲਨ ਸਾੜੀ ਦੇ ਨਾਲ ਤੇ ਕਲਾਕਾਰ ਦਾੜੀ ਦੇ ਨਾਲ ਖੁਸ਼ ਹੁੰਦਾ ਬਾਈ ਜੀ ਤਾੜੀ ਇੱਕ ਵਾਰੀ ਜ਼ਰੂਰ ਮਾਰ ਦਿਆ ਕਰੋ ਮਿਹਰਬਾਨੀ ਕਰੋ ਕਲਾਕਾਰ ਦਾ ਹੌਸਲਾ ਵਧਾਈ ਜ਼ਰੂਰ ਕਰਿਆ ਕਰੋ ਥੈਂਕ ਯੂ ਜੀ ਮਿਹਰਬਾਨੀ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਮੈਡਮ ਸੁੱਖੀ ਜੀ ਨਾਲ ਥੈਂਕ ਯੂ ਜੀ ਮਿਹਰਬਾਨੀ ਹਾਂਜੀ ਇੱਧਰੋਂ ਸਾਡੇ ਭਾਈ ਜੱਦੀ ਜੀ ਕਬੱਡੀ ਕਮੈਂਟਰ ਜਿਹਨਾਂ ਵੱਲੋਂ ਪਹਿਲਾਂ ਹੀ ਬਹੁਤ ਸਾਰਾ ਮਾਣ ਤੇ 50 ਰੁਪਏ ਹੋਰ ਮਾਣ ਕਰਦੇ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਤਾਂ ਜਿਹਨੂੰ ਸ਼ੁਕਰਗੁਜ਼ਾਰ ਹਾਂ ਜੀ ਬਾਕੀ ਬਹੁਤ ਸਾਰੀ ਸੰਗਤ ਹੋਰ ਬਹੁਤ ਸਾਰਾ ਮਾਣ ਆਇਆ ਅਸੀਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ ਲਓ ਜੀ ਹੁਣ ਤੁਹਾਡੇ ਸਾਹਮਣੇ ਸਟੋਰੀ ਪੇਸ਼ ਕਰਦੇ ਹਾਂ ਹੀਰ ਰਾਂਝੇ ਦਾ ਕਿੱਸਾ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਜਰਾ ਗੌਰ ਫਰਮਾਇਓ ਸ਼ਾਨੇ ਪੰਜਾਬ ਪੰਜਾਬ ਦਾ ਰੰਗ ਪੰਜਾਬੀ ਡਰਾਮਾ ਹੀਰ ਰਾਂਝਾ ਲਓ ਤੁਹਾਡੇ ਰੂਬਰੂ ਹੀਰ ਰਾਂਝਾ ਡਰਾਮਾ ਪੇਸ਼ ਕਰਦੇ ਹਾਂ ਜਰਾ ਗੌਰ ਫਰਮਾਇਓ ਲਓ ਜੀ ਤੁਹਾਡੇ ਸਾਹਮਣੇ ਪੰਜਾਬੀ ਡਰਾਮਾ ਹੀਰ ਰਾਂਝਾ ਕਿੱਥੇ ਦੀ ਕਹਾਣੀ ਆ ਇਹ ਪਿੰਡ ਪਾਕਿਸਤਾਨ ਦੇ ਵਿੱਚ ਆ ਗਿਆ ਤਖਤ ਹਜ਼ਾਰਾ ਜਿੱਥੇ ਕੌਣ ਰਾਂਝੇ ਹੋਇਆ ਰਾਂਝੇ ਗੋਤ ਦੇ ਰਾਂਝੇ ਮੌਜੂ ਚੌਧਰੀ ਜਿਹਦੇ ਕਿ 12 ਪਿੰਡਾਂ ਦੇ ਵਿੱਚ ਚੌਧਰ ਚੱਲਦੀ ਸੀ ਸੋ ਇੱਕ ਰਾਂਝੇ ਨੂੰ ਅੱਡ ਕਰਦੇ ਆ ਉਹਦੇ ਭਰਾ ਆ ਕੇ ਰਾਂਝੇ ਨੂੰ ਅੱਡ ਕਰਾਉਂਦੇ ਜਰਾ ਗੌਰ ਦੇ ਨਾਲ ਵੇਖੋ ਉਹ ਮੁੰਡੇ ਇੱਧਰ ਆ ਕੇ ਗੱਲ ਸੁਣਾਈ ਹਾਂਜੀ ਇੱਧਰੋਂ ਸਾਡੇ ਬਾਪੂ ਜੀ ਆਪਣੇ ਬੱਚਿਆਂ ਨੂੰ ਬਹੁਤ ਸਾਰਾ ਮਾਣ ਸਨਮਾਨ ਕਰਦੇ ਆ ਸਰਦਾਰ ਜਰਨੈਲ ਸਿੰਘ ਜੀ ਸਿੱਧੂ ਸਾਹਿਬ ਇਹਨਾਂ ਵੱਲੋਂ ਸਾਡੀ ਪਾਰਟੀ ਨੂੰ 100 ਰੁਪਏ ਮਾਣ ਆਇਆ ਆਪਣੇ ਬੱਚਿਆਂ ਨੂੰ ਆਸ਼ੀਰਵਾਦ ਆਇਆ ਅਸੀਂ ਸਿੱਧੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਨੂੰ ਸ਼ੁਕਰਗੁਜ਼ਾਰ ਹਾਂ ਜੀ ਮੈਂ ਤੁਹਾਡੇ ਸਾਹਮਣੇ ਇੱਕ ਨਕਲ ਉਸ ਤੋਂ ਬਾਅਦ ਗੀਤ ਉਸ ਤੋਂ ਬਾਅਦ ਕਲੀਆਂ ਜੋ ਕਿ ਡਰਾਮਾ ਸਟੋਰੀ ਆ ਟਾਈਮ ਵੀ ਘੱਟ ਆ ਕੱਲ੍ਹ ਨੂੰ ਸੁਣਾਵਾਂਗੇ ਇਹੀ ਹੀਰ ਰਾਂਝੇ ਦਾ ਕਿੱਸਾ ਕੱਲ੍ਹ ਨੂੰ ਪੇਸ਼ ਕਰਾਂਗੇ ਲਓ ਜਿੰਨਾ ਕੁ ਵੀ ਟਾਈਮ ਆ ਤੁਹਾਡੇ ਰੂਬਰੂ ਮੇਰੇ ਕੋਲ ਤਾਂ ਹੈ ਨੀ ਮੋਟਰਸਾਈਕਲ ਉਹ ਤੈਨੂੰ ਪਤਾ ਬਾਪੂ ਚੱਕਣ ਨੀ ਦਿੰਦਾ ਹੈਗਾ ਯਾਰ ਚੱਲ ਯਾਰ ਤੁਰਕੀ ਚੱਲਦੇ ਆ ਯਾਰ ਚੱਲ ਫਿਰ ਤੁਰਕੀ ਚੱਲਦੇ ਚੱਲੀਏ
ਚਲ ਆਇਆ ਤੁਰ ਕੇ ਜਾਂਦੇ ਉਹਦੇ ਭੈਣੇ ਪ੍ਰਿਆ ਗੱਲ ਸਰ ਮੇਰੀ ਤੈਨੂੰ ਪਤਾ ਵੀ ਲੌਕਡਾਊਨ ਦੇ ਵਿੱਚ ਤਾਂ ਪੜ੍ਹਾਈ ਹੋਈ ਨੀ ਕੋਈ ਠੀਕ ਹੈ ਵੀ ਹੁਣ ਬੱਸਾਂ ਬੱਸਾਂ ਕਾਲਜ ਖੁੱਲੇ ਆ ਠੀਕ ਹੈ ਆਪਾਂ ਪੇਪਰਾਂ ਦੇ ਦਿੰਦੇ ਪੇਪਰ ਕੱਢ ਚੱਲੀਏ ਚੱਲ ਆਏ ਘਰ ਤੇ ਤੇਰੇ ਵਾਲੀ ਉਹ ਸਕੂਟਰੀ ਜੀ ਲੈ ਚੱਲਦੀ ਆ ਉਹ ਤਾਂ ਖਰਾਬ ਹੋਈ ਪਈ ਖਰਾਬ ਹੋਈ ਪਈ ਆ ਅੱਛਾ ਫਿਰ ਐ ਕਰਦੀ ਨਾਲੇ ਮਾੜੀ ਮੋਟੀ ਸਿਹਤ ਨੂੰ ਫਰਕ ਪਊ ਆਪਾਂ ਤੁਰ ਕੇ ਚੱਲਦੇ ਆ ਚੱਲ ਦੋਨੋਂ ਭੈਣ ਚੱਲਦੀਆਂ ਹਾਂ ਬੜੀ ਸਾਲ ਓ ਲੈ ਵੀ ਚੱਲੀਏ ਚੱਲ ਆ ਜਾ ਆ ਜਾ ਵੀ ਲੈ ਵੀ ਆ ਜਾ ਬੇ ਤੇਰਾ ਮੈਨੇ ਬੇੜਾ ਥੋੜੇ ਉਹ ਤੀਨਾ ਹੀ ਦੋਨੋਂ ਐਡੇ ਐਡੇ ਬੰਦੇ ਫਿਰਦੇ ਆ ਟੁਰ ਜਾਣੇ ਆ ਕੀ ਖਾਧਾ ਹੋਇਆ ਤੇਰਾ ਚਾੜ ਕੇ ਵਿੱਚ ਲੱਗੇ ਆ ਗੱਲ ਸੁਣ ਤੂੰ ਇਹਦੇ ਲੱਗਿਆ ਆ ਟੁਰ ਜਾਣਾ ਥਪਣਾ ਜਿਹਾ ਮੇਰੇ ਚ ਲੱਗਿਆ ਮੇਰੀ ਗੱਲ ਸੁਣ ਲਾ ਮੈਂ ਕਿਸੇ ਦੇ ਵਿੱਚ ਨਹੀਂ ਲੱਗਿਆ ਆ ਵਿੱਚ ਲੱਗਿਆ ਮੇਰੇ ਮੇਰੀ ਗੱਲ ਸੁਣ ਮੱਥ ਲਵਾ ਦਿੰਦੀ ਆ ਥੋੜੇ ਆਪਾਂ ਥਾਣੇ ਚੱਲਦੇ ਚੱਲ ਗੱਲ ਤਾਂ ਤੇਰੀ ਠੀਕ ਹੈ ਇਹਨਾਂ ਨੇ ਐ ਨੀ ਮੰਨਣਾ ਅਗਲਾ ਗਲਤੀ ਕਰਕੇ ਸੌਰੀ ਨੀ ਕਹਿੰਦਾ ਇਹ ਤਾਂ ਟੁੱਟ ਜਾਣੇ ਕੁੱਦ ਕੁੱਦ ਪੈਂਦੇ ਆ ਦੋ ਜਣੇ ਮਸ਼ੀਨ ਥੱਲੇ ਅੱਛਾ ਪੰਜਾਹ ਵਾਰੀ ਜਾਂਦਾ ਦਿਹਾੜੀ ਚ ਮੈਂ ਉੱਥੇ ਚੜ ਕੋਈ ਚੱਲ ਆ ਜਾ ਮੇਰੀ ਗੱਲ ਸੁਣ ਆਪਾਂ ਤਾਂ ਕਮਲਾ ਮਜ਼ਾਕ ਚ ਲੈ ਕੇ ਗੱਲ ਉਹ ਤਾਂ ਸੱਚੀ ਖਾਣੇ ਵਗੀ ਹੈ ਤੂੰ ਚੱਲ ਮਾੜੀ ਮੈਂ ਬੇਬੇ ਨੂੰ ਦਵਾਈ ਦਵਾ ਲਿਆ ਆਉਣਾ ਮੈਂ ਮਾੜਾ ਬੇਬੇ ਨੂੰ ਦਵਾਈ ਦਵਾ ਕੇ ਆਇਆ ਬਸ ਮੈਂ ਉਹ ਫੋਨ ਆਇਆ ਮੈਨੂੰ ਘਰੋਂ ਸਤਿ ਸ੍ਰੀ ਅਕਾਲ ਕੀ ਗੱਲ ਭਾਈ ਅੱਜ ਬੜੀਆਂ ਘਬਰਾਈ ਦੀ ਨਜ਼ਰ ਆ ਰਹੀ ਹੋ ਕੀ ਦੱਸੀ ਜੀ ਬੜੀ ਦੁੱਖ ਵਾਲੀ ਗੱਲ ਕੀ ਗੱਲ ਹੋ ਗਈ ਆ ਮਸਾ ਮਸਾ ਕਾਲਜ ਖੁੱਲੇ ਤੀ ਹਾਂ ਜੀ ਹਾਂ ਅਸੀਂ ਦੋਨੋਂ ਹੀ ਭੈਣਾਂ ਕਾਲਜ ਨੂੰ ਚੱਲੀਏ ਅਸੀਂ ਅੱਛਾ ਫੇਰ ਕੀ ਹੋਇਆ ਆ ਦੋ ਮੁੰਡੇ ਫੁਕਰੇ ਜੇ ਹਾਂਜੀ ਇੱਕ ਤੇ ਲੱਗੇ ਲੰਬੂ ਜਿਹਾ ਇੱਕ ਮਧਰੂ ਜਿਹਾ ਮੇਰੇ ਚ ਲੱਗੇ ਤੂੰ ਵੀ ਟੁੱਟ ਜਾਣਾ ਸੰਭਲੇ ਵਰਗਾ ਤੇ ਮੇਰੇ ਤਾਂ ਮੋਢਾ ਹਲਾ ਕੋਈ ਗੱਲ ਨੀ ਆਪਾਂ ਮੁੰਡਿਆਂ ਨੂੰ ਹੋਈ ਬੁਲਾ ਕੇ ਖਾਣੇ ਲਾਹ ਪਕੜ ਕਰ ਦਿੰਦੇ ਉਹਨਾਂ ਦੀ ਆਏ ਨੀ ਜੀ ਅਗਲਾ ਮੰਨਦਾ ਹੁੰਦਾ ਹਾਂ ਜਿੰਨਾ ਚਿਰ ਤੁਸੀਂ ਪੱਟਾ ਨੀ ਫੇਰਦੇ ਉਹਦਾ ਬਹੁਤ ਆਕੜਦੇ ਨੇ ਪਤਾ ਕੀ ਕਹਿੰਦੇ ਜਾਓ ਥਾਣੇ ਅਸੀਂ ਜਾਣਦੇ ਆ ਥਾਣੇਦਾਰ ਨੂੰ 50 ਗੱਲਾਂ ਤੁਹਾਨੂੰ ਗਈਆਂ ਨੇ ਉਹਨਾਂ ਨੇ ਅੱਛਾ ਵੀ ਡੁੱਬ ਕੇ ਮਰ ਜਾਓ ਆਪੇ ਤੁਹਾਨੂੰ ਗਾਲਾਂ ਕੱਢਦੇ ਜੀ ਕਿਹਨੇ ਗਾਲਾਂ ਕੱਢੀਆਂ ਸਾਨੂੰ ਜੇ ਤੁਹਾਡਾ ਗਵਾਹ ਪਹਿਲਾਂ ਮੈਨੂੰ ਇਹ ਦੱਸੋ ਤੁਹਾਡੇ ਵਿੱਚ ਜਦੋਂ ਮੁੰਡੇ ਬੱਚੇ ਨੇ ਕਿਸੇ ਨੇ ਦੇਖਿਆ ਇੱਕ ਮਿੰਟ ਜੀ ਜੇ ਕਿਸੇ ਨੇ ਦੇਖਿਆ ਗਵਾਹ ਦਾ ਨਾਂ ਲਿਖਾਓ ਸਾਡੇ ਕੋਲੇ ਗਵਾਹ ਨੂੰ ਲੈ ਕੇ ਆਓ ਫੇਰ ਉਹ ਮੁੰਡੇ ਦੀ ਕਾਰਵਾਈ ਹੋਊਗੀ ਪੈ ਗਿਆ ਪੰਗਾ ਕੀ ਪੈ ਗਿਆ ਆਏ ਕਰਦੀ ਅੜੇ ਹੋਏ ਗੱਡੇ ਖੁਸ਼ੀਆਂ ਕੱਢੂ ਕਢਾਉਣ ਵਾਲਾ ਉਹਦਾ ਨਾਂ ਲਿਖਾ ਦਿੰਦਾ ਨਾਲੇ ਸੁਭਾਅ ਪਰ ਮਿਲਿਆ ਗਿਆ
ठीक है जी गवाह की ना गवाह लगाने का खुशिया जी कनौर वाला खुशिया कनौर वाला हाँ जी ठीक है जी ओदा नाम लिखे आ गवाह के तौर पर खुशिया कनौर वाला जाओ पहला जाके खुशिया को लेके आओ पार्टी का मान किया है सारा का मैं बहुत बहुत धन्यवाद कर दी थैंक यू जी खुशेर मार दुशेर मार दी बे खुशियां वे हेलो की हाल ने पुरजिया उन्होंने भी चकमा बे खुशियां हां जी आ दसो की गल आ किवें गर्मियों अच बे तेरे ते एक कम पै गया ना जदों मैनू कम पैंदा उदों क्या कल समोसे खवाए नी बोसे वे खवाते ले रात दे परोड़े लगे पई नी मैनू तेन पता भी असि कि टुट जाने दो जने ना एक खेत लगे एक मेरे च लगे कोई गल नी आपां बुला के कह दांगे आ मेला लंघ जावे बाबे दा आपां बुला के कह दांगे वी भाई विच क्यों लगे ए गल ही रही गल तां बहुत वध गई किन्नी की थाने चली गई गल ओए माड़ी जी गल की एडी गल कानू बनाउणी सी नी बे कर सनवे अगला गलती करके कहते तेरे को इन जी सौरी गलती होगी टुट जाने तुरिया बापरिया पड़ दंगे छा बहुत घूर आने पग पुग लग्या फिर उन्होंने बाबरिया पटता रहना मगरों बाबरिया गुंदरिया औखिया हो जांदियां ने गल ये खुशिया नेड़े खड़ा छुट जाता गल वधिया सी उन्होंने टुट जाने ने अरे बहुत अपड़िया क्या हुण हो की गया बे थाने तक गल चली गई एक एडी गल नहीं थी बताउणी नहीं सी कर दिया बे मन गुस्सा आ गया अच्छा हां ए हुण थानेदार कहंदा तुसी नाम लिखाओ काला भी जिने बिच लगदा देखिया भी मुड्डा बिच लगदा किने देखिया हां फिर ਅਸੀਂ ਤੇਰਾ ਨਾਮ ਰਖਾਤਾ ਜੀ ਅਸੀਂ ਕਿਹਾ ਖੁਸ਼ੀ ਇਹਨੇ ਦੇਖੇ ਨੇ ਨਾ ਮੈਂ ਮੁੰਡਾ ਵਿੱਚ ਲੱਗਦਾ ਕਰ ਦੇਖਿਆ ਬੇ ਦੇਖਿਆ ਤਾਂ ਹੈ ਨਹੀਂ 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 ਨਾਮ ਲਿਖਾਤਾ ਦੱਸ ਬੇ ਗੱਲ ਸੁਣ ਸਾਨੂੰ ਤੇਰੇ ਤੇ ਮਾਣ ਹੱਥ ਕਰ ਵੇ ਹੱਥ ਕਰ ਆ ਚੱਕ 500 ਰੁਪਇਆ ਤਾਂ ਇੰਨੀ ਗੱਲ ਕਹਿ ਕੇ ਭੱਜੇ ਉਹਨਾਂ ਕਿ ਸੱਚੀ ਗੱਲ ਜੀ ਮੁੰਡਾ ਮੁੰਡੇ ਵਿੱਚ ਲੱਗਦੇ ਮੈਂ ਦੇਖੇ मापी लेने ए करी जा उथे जाएगा उथे तीन हाका पैणगी पता की कह रहा पहली हाक जब वो खुशियां हाज ठीक है हाँ ठीक है चलो चलो डरी डूरी खुशियां हाल रे काला खुशियां हाल रे दो इन माड़ा जा रोकी मैं पेशाब कर माड़ी जी तो गल है पेशाब करन च टाइम लगे हूं एक हाक रह गई तू कह दी खुशियां हाल रे खुशियां तेरा ना है खुशियां खुशियां तेरा ना है इधर 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 नहीं की कहा वही गल गल तक नहीं आऊं सार भलाती कह दे के हार पीछे लगदा देखे मुंडे कह दे के ओ खुशियां तेरा ना है खुशियां तेरा ना है हां की नु ले आई हो तुसी मारो ना जी कुट्टो रहने दा दिल बहुत पतला है नहीं डरदा बहुत कूरो ना हां खुशियां तेरा नो कहना रे मदद जो खुशियां तेरा नो हां जी हां जी हां जी इना गवाह तू ना
बहुत प्यारी। एक बार आ गया जी वे कह दे कह हां मही आ के मुंडे विच रखदे देखे ने। हां जी इना दा गवाह जी मैं। इधर गल सुन तू इना दा हैगा गवाह। इना ने लिखाता तेरा नाम ठीक है। जेड़ी गल मैं तेरे तो पुछूंगा जे ता बोलेगा सच हे ता जान दूं तेनू घर नू। जे बोलिया झूठ सारी रात तेनू पटियाली मशीन थले रख। मेनू ए दस ए कुड़िया कॉलेज जा रही है ती सवेरे जांदियां ने रोज जांदियां ने जी बारी गल की आ इहनां नू तां एतवार नू वी छुट्टी होला ओ ट्यूशन जांदियां होणगियां। हां हां ए बेचारियां कंप्यूटर दा करदियां ने। हां कोर्स करदियां ने कुड़ियां। ए कुड़िया कहंदियां असीं कॉलेज जा रही आ ते थानेदार साहब। हां जी रोज जांदियां कहंदी दो मुंडे साडे विच लगे कहंदी खुशी ने देखिया मुंडे विच लग गए दो मुंडे ना दे पिछे लगे ने तैं देखे ने कै बजे लगे ने सोभा दी गल है टुट जाने जब तू दत्तन कर दी नाली ते बैठा सोभा दो जी एक लग्या एक ऐसे च लग्या सत श्रीकाल गवाही देनी सामने भी तुसी जब मुंडे हाजिर हो गए पेश कौन ने मुंडे उदो तेनू कहना पौगी तुसी बिचल क्यों मैं देखा ऐ नहीं जा सकता ठी मूठी कहना गवाह भी आ गया हूं थोड़े को। मेरी गल सुनो जी असि बिच नहीं लगे मैडम तुम सैर पे हो मैं एक मिनट गल करना। हेलो मेरी गल सुन तू मेरे खिलाफ गवाही दी तेन पता तो है इन्हों का यार तू लगे इन्होंने मैं कहू लगे मलो मली लड़ाई भाल दी तेन पता तो है ना भी केस थोड़े से और मेरे यार जो टिब्बे मोटर होना मुंडा बिच ही मेनू इन्होंने लपेटता असा भी सैड तुरे जाने आप दोनों जानिया बिच लगे ने तेरे सामने का पता यार तेन कंजर दिया मलो मली बिच लग दया ने बस फिर तू कह थाने एक गल हो बड़ो मेरी गल तो सुन ला ना शाम मोटर दे मुंडे बिच लगे ने कदे कुड़ियां बिच लगिया ने ए तुसी पाता सानू चक्कर दे विच मुंडा बिच लगिया कुड़ी बिच लगी ला ओ मुंडा बिच लगिया कुड़ी बिच लगी आ अगली तरीक फैसला होगा अपना नाल खा के जाओ नहीं जी मुंडा विच लगिया कुड़ी विच लगी किवें हो सकता यार कुड़िया कहदी मुंडा विच लगिया मुंडा कहदा कुड़िया विच लगिया ने अबे लगे ने दोने किने विच लग सकते ने एक जना विच लगू दोने लगे भी है
शर्म शर्म तेन मिलना हो तू कि मिलेगी मैं इंसान की अखा बच रही हाँ भी काका तेरा की नवा मेरा नवा जी इश्क तू कि रहना मैं भी इंसान की अखा रहना यह गल गलत अभी देख सियाने बुजुर्ग बैठे आ एक म्यान दे विच दो तलवारा नहीं पैंदियां अखा दे विच तू रहना इश्का अखा दे विच रहती है शर्म पर दोने कठे रह नहीं सकते कि मैं रहने दोस्तों मेरी गल सुनो जी जब तक शर्म दा पैरा होंदा तां उदो मैं नहीं कोल होंदा जब मेरा पैरा होंदा उदो इहदा बिस्तर कोल होया होंदा सामने नकल सामने एक चित्रहार एक डाना से आइटम डूडू हेलो।